ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਮਸਲੇ ਪ੍ਰੋਗਰਾਮ 'ਚ ਸੰਗਤ ਟੀ ਵੀ ਅਤੇ ਸਿੱਖ ਸਿਆਸਤ .com ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵਾਰ ਅਸੀਂ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਨਵੇਂ ਮੁੱਦੇ ਨੂੰ ਲੈ ਕੇ। ਅੱਜ ਅਸੀਂ ਉਸ ਸੰਵੇਦਨਸ਼ੀਲ ਮੁੱਦੇ ਬਾਰੇ ਗੱਲ ਕਰਾਂਗੇ ਜਿਸ ਨੇ ਸਿੱਖ ਕੌਮ ਨੂੰ ਨਹੀਂ ਸਗੋਂ ਸਾਰੀ ਦੁਨੀਆ ਨੂੰ ਇੱਕ ਵਾਰ ਹਿਲਾ ਕੇ ਰੱਖ ਦਿੱਤਾ। ਅਸੀਂ ਅੱਜ ਗੱਲ ਕਰਾਂਗੇ ਭਾਰਤੀ ਫੌਜ ਦੇ ਦਰਬਾਰ ਸਾਹਿਬ 'ਤੇ ਹਮਲੇ ਸੰਬੰਧੀ। ਹਾਲ ਹੀ ਵਿੱਚ ਇਸ ਘਟਨਾ ਪ੍ਰਤੀ ਕੰਵਰ ਸੰਧੂ ਦੁਆਰਾ ਡੇਅਰ ਨਾਈਟ ਨਿਊਜ਼ ਚੈਨਲ ਵੱਲੋਂ ਇੱਕ ਬਹੁਤ ਹੀ ਵਿਸਥਾਰਕ ਡਾਕੂਮੈਂਟਰੀ ਜਿਹੜੀ ਕਿ 9 ਹਿੱਸਿਆਂ ਵਿੱਚ ਪੇਸ਼ ਕੀਤੀ ਗਈ ਹੈ। ਇਸ ਡਾਕੂਮੈਂਟਰੀ ਨੇ ਜਿਸ ਦਾ ਕਿ ਨਾਮ ਹੈ ਆਪਰੇਸ਼ਨ ਬਲਿਊਸਟਾਰ ਅਣਕਹੀ ਦਾਸਤਾਨ। ਇਸ ਡਾਕੂਮੈਂਟਰੀ ਨੇ ਇਸ ਚਰਚਾ ਨੂੰ ਦੁਬਾਰਾ ਤੋਂ ਲੋਕਾਂ ਦੇ ਸਾਹਮਣੇ ਲੈ ਆਉਂਦਾ ਅਤੇ ਇਸ ਦਾ ਮਿਲਿਆ ਜੁਲਿਆ ਪ੍ਰਤੀਕਰਮ ਦੇਖਣ 'ਚ ਆਇਆ। ਕੁਝ ਲੋਕਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਜਾਂ ਪ੍ਰਤੀਕਰਮ ਦਿੱਤਾ ਗਿਆ ਅਤੇ ਕਾਫੀ ਹਿੱਸਿਆਂ ਵੱਲੋਂ ਇੰਨੀ ਵਿਸਥਾਰਕ ਡਾਕੂਮੈਂਟਰੀ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ। ਅੱਜ ਅਸੀਂ ਇਸ ਡਾਕੂਮੈਂਟਰੀ ਬਾਰੇ ਅਤੇ ਉਸ ਫੌਜੀ ਹਮਲੇ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਕਰਾਂਗੇ ਅਤੇ ਆਪਣੇ ਗੈਸਟ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਸਨ। ਸਾਡੇ ਨਾਲ ਨੇ ਅੱਜ ਜਸਪਾਲ ਸਿੰਘ ਸਿੱਧੂ ਜੀ, ਜੋ ਕਿ ਸਾਬਕਾ ਪੱਤਰਕਾਰ ਰਹੇ ਨੇ UNI ਤੋਂ, ਸਰਦਾਰ ਅਜਮੇਰ ਸਿੰਘ ਜੀ ਸਿੱਖ ਚਿੰਤਨ ਨੇ, ਸਿੱਖ ਵਿਦਵਾਨ ਨੇ, ਇਹਨਾਂ ਦੀਆਂ ਕਾਫੀ ਪੁਸਤਕਾਂ ਵੀ ਸਾਡੇ ਸਾਹਮਣੇ ਆ ਚੁੱਕੀਆਂ ਨੇ। ਤੁਹਾਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਾਲ ਸਿੰਘ ਸਿੱਧੂ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਕੰਵਰ ਸੰਧੂ ਦੁਆਰਾ ਜੋ ਇੱਕ ਵਿਸਥਾਰਕ ਪ੍ਰੋਗਰਾਮ ਹੈ, ਇਸ 'ਤੇ ਤੁਹਾਡਾ ਮੁੱਢਲਾ ਪ੍ਰਤੀਕਰਮ ਕੀ ਹੈ? ਮੈਂ ਇਹ ਸਮਝਦਾ ਵੀ ਜਿਹੜੇ ਆ 9 ਇਹਨੇ ਐਪੀਸੋਡ ਤਿਆਰ ਕੀਤੇ ਆ ਇਸ ਸਾਰੇ ਆਰਮੀ ਹਮਲੇ ਦੇ ਬਾਰੇ, ਫੌਜੀ ਹਮਲੇ ਦੇ ਬਾਰੇ ਦਰਬਾਰ ਸਾਹਿਬ 'ਤੇ, ਇਹਨਾਂ ਵਿੱਚ ਕਾਫੀ ਅਸੀਂ ਦਸਤਾਵੇਜ਼ੀ ਕਹਿ ਦਈਏ ਤਾਂ ਠੀਕ ਹੀ ਹੈ, ਕਿਉਂਕਿ ਉਸ ਤਰੀਕੇ ਦੀ ਦਸਤਾਵੇਜ਼ੀ ਬੇਸ਼ੱਕ ਨਾ ਵੀ ਹੋਵੇ, ਕੋਸ਼ਿਸ਼ ਕੀਤੀ ਗਈ ਹੈ ਵੀ ਵੱਧ ਤੋਂ ਵੱਧ ਚੀਜ਼ਾਂ ਨੂੰ ਦਸਤਾਵੇਜ਼ੀ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਸਰਕਾਰੀ ਦਸਤਾਵੇਜ਼ਾਂ ਵਿੱਚ ਦੋਨੋਂ ਸਾਈਡਾਂ ਆ ਗਈਆਂ, ਇਹਦੇ 'ਚ ਕੋਈ ਗੱਲ ਨਹੀਂ ਹੈ। ਪਰ ਸਵਾਲ ਇਹ ਹੈ ਵੀ ਇਹਨੇ, ਮੈਂ ਇਹ ਕਹੂੰਗਾ ਵੀ ਪਹਿਲੀ ਵਾਰੀ ਇੱਕ ਕੰਸਲਟਡ ਇਸ ਕਿਸਮ ਦੀ ਐਫਰਟਸ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਬੜੇ ਸਾਰੇ ਮੁੱਢ ਤੋਂ ਲੈ ਕੇ ਅਖੀਰ ਤੱਕ ਸਾਰੀ ਘਟਨਾ ਨੂੰ ਸਾਰੇ ਨੂੰ ਵਿਸਥਾਰ ਨਾਲ ਦੱਸਿਆ। ਇਦੋਂ ਪਹਿਲਾਂ ਛੋਟੇ ਛੋਟੇ ਟੁਕੜਿਆਂ ਵਿੱਚ ਤੱਕ ਲੋਕਾਂ ਨੇ ਗੱਲ ਕੀਤੀ ਹੈ, ਪਰ ਜਰਨਲਿਸਟਿਕ ਲੈਵਲ ਦੀ ਇਹ ਐਫਰਟਸ ਆਪਣੇ ਆਪ ਵਿੱਚ ਪਹਿਲੀ ਹੈ, ਪਰ ਇਹਦੇ ਵਿੱਚ ਕਈ ਤਰੁੱਟੀਆਂ ਵੀ ਹੈ, ਉਹ ਅੱਗੇ ਆਪਾਂ ਡਿਸਕਸ ਕਰਦੇ ਹਾਂ। ਠੀਕ, ਸਰਦਾਰ ਅਜਮੇਰ ਸਿੰਘ ਜੀ, ਮੁੱਢਲਾ ਪ੍ਰਤੀਕਰਮ ਤੁਹਾਡਾ ਇਸ ਪ੍ਰੋਗਰਾਮ ਬਾਰੇ ਕੀ ਹੈ? ਜਿਸ ਤਰ੍ਹਾਂ ਜਸਪਾਲ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਉਸਨੇ ਸਾਰੇ ਮਸਲੇ ਨੂੰ ਇੱਕ ਕੰਪਰੀਹੈਂਸਿਵਲੀ ਡੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਪਹਿਲੀ ਵਾਰ ਹੋਇਆ, ਖਾਸ ਕਰਕੇ ਮੇਨ ਸਟ੍ਰੀਮ ਮੀਡੀਆ ਵੱਲੋਂ। ਠੀਕ, ਅਤੇ ਇਸ ਤਰ੍ਹਾਂ ਦੇ ਯਤਨ ਨੂੰ ਜੀ ਐਂ ਕਹਿਣਾ, ਸਵਾਗਤ ਕਰਨਾ ਬਣਦਾ, ਪਰ ਨਾਲ ਦੀ ਨਾਲ ਇਹ ਵੀ ਦੇਖਣਾ ਚਾਹੀਦਾ ਕਿ ਉਹਦੇ ਵਿੱਚ ਕਿਸ ਕਿਸਮ ਦੀਆਂ ਊਨਤਾਈਆਂ ਰਹਿ ਗਈਆਂ, ਕਿਉਂਕਿ ਮਸਲਾ ਜਿੱਡਾ ਮਹੱਤਵਪੂਰਨ ਹੈ ਉਨਾ ਹੀ ਗੁੰਝਲਦਾਰ ਹੈ। ਠੀਕ, ਇਹਨੂੰ ਕਿਸੇ ਵੀ, ਇਹ ਕੰਵਰ ਸੰਧੂ ਨੇ ਵੀ ਮੰਨਿਆ ਆਪਣੇ ਐਪੀਸੋਡ 'ਚ ਵੀ, ਠੀਕ, ਕਿ ਇਹਨੂੰ ਸਾਡੀਆਂ ਲਿਮੀਟੇਸ਼ਨ ਨੂੰ ਧਿਆਨ 'ਚ ਰੱਖਿਆ ਜਾਵੇ, ਇਹਨੂੰ ਫਾਈਨਲ ਦਸਤਾਵੇਜ਼ ਨਾ ਕਿਹਾ ਜਾਵੇ। ਸੋ ਇਹ ਮੇਰੇ ਮੁਤਾਬਕ ਤਾਂ ਇੱਕ ਡਿਬੇਟ ਲਈ ਰਾਹ ਖੋਲਦਾ, ਠੀਕ, ਫਾਈਨਲ ਨਹੀਂ। ਜਸਪਾਲ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਪਿਛਲੇ 29 ਸਾਲਾਂ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਵੱਲੋਂ ਪਹਿਲਾ ਮਹੱਤਵਪੂਰਨ ਅਤੇ ਵੱਡਾ ਇੱਕ ਅਟੈਂਪਟ ਹੈ, ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਲੰਮਾ ਸਮਾਂ ਜਰਨਲਿਜ਼ਮ ਦੇ ਵਿੱਚ ਰਹੇ ਹੋ, ਵੱਡੀਆਂ ਨਿਊਜ਼ ਏਜੰਸੀ 'ਚ ਰਹੇ ਹੋ ਭਾਰਤ ਦੀਆਂ 'ਚ, ਤੁਹਾਨੂੰ ਕੀ ਲੱਗਦਾ ਕਿ ਹੋਰ ਭਾਰਤ ਦਾ ਜੋ ਆਮ ਮੀਡੀਆ ਅਤੇ ਜਾਂ ਜੋ ਕੰਵਰ ਸੰਧੂ ਦੀ ਇਹ ਪੇਸ਼ਕਾਰੀ ਹੈ, ਇਸ ਦੇ ਵਿੱਚ ਕੀ ਅੰਤਰ ਸੀਗਾ, ਕੀ ਇਹ ਸਮਾਨ ਸੀ? ਦੇਖੋ ਜੀ, ਇਸ ਜਿਹੜਾ ਮੇਨ ਸਟ੍ਰੀਮ ਮੀਡੀਆ, ਇਹਦੀ ਲਿਮੀਟੇਸ਼ਨ ਹੈ। ਹਾਂਜੀ, ਉਸ ਲਿਮੀਟੇਸ਼ਨ ਹੱਦਬੰਦੀ ਦੇ ਅੰਦਰ ਅੰਦਰ ਜਿੰਨਾ ਇਹ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦਾ ਸੀ, ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਹਨੇ ਚੰਗੀ ਐਫਰਟਸ ਕੀਤੀ ਹੈ, ਪਰ ਇਹਦੇ ਪੇਸ਼ ਕਰਨ ਦੇ ਵਿੱਚ ਕਈ ਤਰੁੱਟੀਆਂ ਵੀ ਰਹਿ ਗਈਆਂ, ਉਹ ਵੱਖਰੀ ਗੱਲ ਹੈ ਵੀ ਉਸ ਲਿਮੀਟੇਸ਼ਨ ਦੇ ਵਿੱਚ ਸਾਰਾ ਕੁਛ ਹੋਏਗਾ। ਉਹ ਲਿਮੀਟੇਸ਼ਨ ਹੈ ਜਿਹੜਾ ਖਾਸ ਕਿਸਮ ਦੇ ਜਾਂ ਉਹ ਜਰਨਲਿਜ਼ਮ ਦੀਆਂ ਹੁੰਦੀਆਂ ਹੀ ਹੈ, ਜਿਵੇਂ ਮੈਂ ਵੀ ਉਹਨਾਂ ਦਿਨਾਂ ਵਿੱਚ ਉੱਥੇ ਦਰਬਾਰ ਸਾਹਿਬ ਵਿੱਚ ਦੇ ਉਹਨਾਂ ਦਿਨਾਂ 'ਚ ਰਿਪੋਰਟਿੰਗ ਕਰਦੇ ਰਹੇ ਹਾਂ UNI ਲਈ, ਉੱਥੇ ਵੀ ਸਾਡੀਆਂ ਲਿਮੀਟੇਸ਼ਨ ਇਹ ਹੁੰਦੀਆਂ ਸੀ ਵੀ ਕਈ ਗੱਲ ਅਸੀਂ ਦੇਖਦੇ ਸੀ, ਉਹ ਦੇਖ ਕੇ ਉਹਨੂੰ ਰਿਪੋਰਟ ਨਹੀਂ ਸੀ ਕਰ ਸਕਦੇ, ਕਿਉਂਕਿ ਇਹ ਮੀਡੀਆ ਦਾ ਇੱਕ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਜਿਸ ਤਰ੍ਹਾਂ ਕਵਰ ਸੰਧੂ ਨੇ ਆਪ ਵੀ ਮੰਨਿਆ ਨੈਸ਼ਨਲਿਸਟਿਕ ਪਰਸਪੈਕਟਿਵ ਦੇ ਵਿੱਚ ਗੱਲ ਕਰਦਾ, ਠੀਕ,
ਉਹ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਪਾਸੇ ਗੱਲ ਨਹੀਂ ਕਰਦਾ। ਨੈਸ਼ਨਲਿਸਟ ਪਰਸਪੈਕਟਿਵ ਵਿੱਚ ਉਹ ਨੇਸ਼ਨ ਸਟੇਟ ਨੂੰ ਇੱਕ ਮੰਨ ਕੇ ਹੀ ਚੱਲਦਾ, ਉਸ ਤੋਂ ਬਾਹਰ ਹੋ ਕੇ ਗੱਲ ਨਹੀਂ ਕਰਦਾ। ਇਸ ਕਰਕੇ ਇਹ ਕੰਵਰ ਸੰਧੂ ਨੇ ਜਿਹੜਾ ਕੁਛ ਕੀਤਾ ਇਹ ਉਸੇ ਦਾਇਰੇ ਵਿੱਚ ਰਹਿ ਕੇ ਕੀਤਾ, ਉਸੇ ਗੱਲ ਇੱਥੇ ਕੀਤਾ। ਲੇਕਿਨ ਕੁਛ ਇੰਡੀਆ ਦੇ ਮੇਨ ਚੈਨਲ ਵੱਲੋਂ ਜਾਂ ਮੇਨ ਸਟ੍ਰੀਮ ਮੀਡੀਆ ਵੱਲੋਂ ਇਸ ਦਾ ਕੁਛ ਵਿਰੋਧ ਚ ਆਵਾਜ਼ ਵੀ ਆਈ ਹੈ, ਇਹਦਾ ਤੁਹਾਨੂੰ ਕੀ ਕਾਰਨ ਲੱਗਦਾ? ਇਹਦਾ ਦੋ ਤਿੰਨ ਕਾਰਨ ਹੁੰਦੇ ਆ। ਇੱਕ ਕਾਰਨ ਤਾਂ ਇਹ ਹੈ ਵੀ ਇੱਕ ਪ੍ਰੋਫੈਸ਼ਨਲ ਜੈਲਸੀ, ਉਸ ਕਿਸਮ ਦੀ ਪ੍ਰੋਫੈਸ਼ਨਲ ਵਿਰੋਧ ਤਾਂ ਹੁੰਦੀ ਹੈ। ਇਸ ਦੀ ਪ੍ਰੋਫੈਸ਼ਨਲ ਵਿਰੋਧ ਤਾਂ ਕਈ ਚੈਨਲਾਂ ਵੱਲੋਂ ਹੋਈ ਹੈ, ਅਤੇ ਜਿਸ ਤਰੀਕੇ ਨਾਲ ਅਰਨਵ ਗੋਸਵਾਮੀ ਨੇ ਵੀ ਇਸ ਉੱਤੇ ਖਾਸ ਪ੍ਰੋਗਰਾਮ ਕੀਤਾ, ਪਰ ਉਹ ਡਿਫਰੈਂਟ ਨਜ਼ਰੀਏ ਤੋਂ ਕੀਤਾ ਸਾਰਾ ਕੁਛ। ਪਰ ਜਿੱਥੋਂ ਤੱਕ ਪਰ ਇਹ ਸਵਾਲ ਮੈਂ ਕਹੂੰਗਾ ਕਿ ਨਾ, ਜਿਹੜਾ ਇਸ ਨੇ ਪੇਸ਼ ਕੀਤਾ ਸਾਰਾ, ਉਹ ਸਾਡਾ ਜਿਹੜਾ ਪੈਰਾਮੀਟਰ ਦੇ ਵਿੱਚ ਚੱਲ ਰਹੀ ਗੱਲਬਾਤ ਹੈ, ਜਿਹੜਾ ਸਾਡਾ ਕਨਸੈਪਟ ਹੈ, ਉਹ ਸਾਡੇ ਸਿੱਖ ਅਲੀਟ ਦਾ ਕਨਸੈਪਟ ਹੈ ਜਾਂ ਸਾਡੇ ਟੋਟਲ ਜਨਰਲ ਕਨਸੈਪਟ ਹੈ, ਉਸੇ ਮੀਡੀਆ ਦੇ ਮਤਲਬ ਕਿ ਵੀ ਪੈਰਾਮੀਟਰ ਦੇ ਅੰਦਰ ਰਹਿ ਕੇ ਹੀ ਇਹਨੇ ਸਾਰੇ ਸਵਾਲ ਪੁੱਛੇ ਅਤੇ ਉਸੇ ਜੀ ਸਾਰੀ ਗੱਲਬਾਤ। ਸਰਦਾਰ ਅਜਮੇਰ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ ਗੱਲਾਂ ਨੇ ਜੋ ਪਹਿਲੀ ਵਾਰ ਕੰਵਰ ਸੰਧੂ ਦੁਆਰਾ ਲਿਆਂਦੀਆਂ ਗਈਆਂ, ਅਤੇ ਜਾਂ ਜਿਹੜੀਆਂ ਗੱਲਾਂ ਨੂੰ ਤੁਸੀਂ ਮੰਨਦੇ ਹੋ ਕਿ ਇਹਨਾਂ ਨੂੰ ਬਹੁਤ ਹੀ ਪੋਜ਼ਿਟਿਵ ਅਤੇ ਬੈਲੈਂਸ ਤਰੀਕੇ ਨਾਲ ਪੇਸ਼ ਕੀਤਾ ਗਿਆ? ਗੱਲਾਂ ਦੈਟ ਵੇ ਤਾਂ ਆਪਾਂ ਕਹੀਏ ਵੀ ਪਹਿਲੀ ਵਾਰ ਆਈਆਂ, ਇਹ ਤਾਂ ਨਹੀਂ ਕੋਈ ਜ਼ਰੂਰੀ, ਠੀਕ, ਮਤਲਬ ਇਸ ਫੋਰਮ ਦੇ ਵਿੱਚ ਅਤੇ ਇਸ ਪਲੇਟਫਾਰਮ ਤੋਂ ਆਉਣੀਆਂ, ਇਹਦੀ ਸਿਗਨੀਫਿਕੈਂਸ ਹੈ। ਫਾਰ ਐਗਜ਼ਾਮਪਲ, ਜਿਵੇਂ ਇਹ ਤੱਥ ਦਾ ਸਾਰਿਆਂ ਨੂੰ ਪਤਾ ਸੀ ਕਿ ਇਸ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਪੰਜਾਬ ਦੀ ਸੁਸਾਇਟੀ ਪੋਲਰਾਈਜ਼ਡ ਹੋਈ, ਹਿੰਦੂਆਂ ਨੇ ਖੁਸ਼ੀਆਂ ਮਨਾਈਆਂ ਜਾਂ ਸਵਾਗਤ ਕੀਤਾ, ਸਿੱਖਾਂ ਨੂੰ ਬਹੁਤ ਵੱਡੀ ਭੀੜ ਹੋਈ ਇਸ ਗੱਲ ਦੀ, ਬਹੁਤ ਪੇਨ। ਅਤੇ ਹੁਣ ਇਹ ਇੱਕ ਤੱਥ ਹੈ, ਪਰ ਕੋਈ ਵੀ ਇਸ ਤੱਥ ਨੂੰ ਖੁੱਲ੍ਹ ਕੇ ਕਹਿਣ ਦੀ ਜ਼ਰੂਰਤ ਨਹੀਂ ਸੀ ਕਰਦਾ, ਠੀਕ, ਵੀ ਇਹਨੂੰ ਦਬਾ ਲਓ ਇਹ ਗੱਲ ਨੂੰ। ਤਾਂ ਕੁਛ ਕੁ ਬੰਦਿਆਂ ਨੇ ਟੁੱਟਵੀਆਂ ਗੱਲਾਂ ਲਿਆਂਦੀਆਂ, ਪਰ ਉਹਨਾਂ ਦੀ ਕੋਈ ਉਹਨਾਂ ਨੂੰ ਸੁਣਦਾ ਨਹੀਂ ਸੀ ਬਹੁਤਾ, ਜਾਂ ਉਹਨਾਂ ਦੀ ਮਾਰ ਰੀਚ ਬਹੁਤੀ ਨਹੀਂ ਸੀ। ਸੋ ਮੈਂ ਇੱਕ ਤਾਂ ਸਭ ਤੋਂ ਮਹੱਤਵਪੂਰਨ ਮੈਨੂੰ ਇਹ ਲੱਗਦਾ ਵੀ ਇਹ ਕੰਵਰ ਸੰਧੂ ਨੇ ਪਹਿਲੀ ਵਾਰ ਇਹ ਕੀਤਾ, ਇਸ ਫੈਕਟ ਨੂੰ ਉਹਨਾਂ ਲੋਕਾਂ ਦੇ ਮੂੰਹੋਂ ਕਹਾਇਆ ਜਿਨ੍ਹਾਂ ਦੀ ਓਥੈਂਟਿਸਿਟੀ 'ਤੇ ਜਾਂ ਜਿਹੜੇ ਇਸ ਹਮਲੇ 'ਚ ਸ਼ਾਮਿਲ ਸੀ, ਹਮਲੇ ਸੀ, ਅਤੇ ਜਿਨ੍ਹਾਂ 'ਤੇ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਝੂਠ ਬੋਲ ਰਹੇ ਨੇ। ਕਿਉਂ ਝੂਠ ਬੋਲੂ? ਜਿਵੇਂ ਖਾਸ ਕਰਕੇ ਆਪਣਾ ਹੈਗਾ ਆਪਣਾ ਗੁਰਾਇਆ, ਬ੍ਰਿਗੇਡੀਅਰ ਗੁਰਾਇਆ, ਹਾਂਜੀ, ਓਂਕਾਰ ਸਿੰਘ ਗੁਰਾਇਆ, ਉਹਨਾਂ ਨੇ ਇਹ ਗੱਲ ਮਤਲਬ ਮੰਨੀ ਹੈ। ਆਦਰਸ਼ ਸ਼ਰਮਾ ਇੰਟੈਲੀਜੈਂਸ ਦਾ ਬੰਦਾ ਹੈ, ਮਿਲਟਰੀ ਕਰਨਲ, ਅਤੇ ਇਸ ਕਰਕੇ ਮਤਲਬ ਹੁਣ ਜਦੋਂ ਉਹ ਬੰਦੇ ਵੀ ਇਹ ਗੱਲ ਮੰਨ ਰਹੇ, ਆਮ ਲੋਕ ਤਾਂ ਪਹਿਲਾਂ ਕਹਿ ਰਹੇ ਸੀਗੇ ਅਸੀਂ ਵੀ ਲਿਖੀ ਹਾਂ ਸਾਡੀਆਂ ਗੱਲਾਂ ਨੂੰ ਮਤਲਬ, ਪਰ ਉਹਦੀ ਓਨੀ ਅਜੇ ਐਕਸੈਪਟੇਬਿਲਟੀ ਜਾਂ ਕਹਿ ਲਓ ਹਾਲਾਂਕਿ ਅਸੀਂ ਇਹਨਾਂ ਤਾਂ ਕਹਿਣਾ ਇਹ ਬਾਇਸਡ ਜਾਂ ਪ੍ਰੈਜੂਡਿਸਟ ਦਾ ਜਾਂ ਵਨ ਸਾਈਡਡ ਨਾ। ਸੋ ਇਹ ਇੱਕ ਫੈਕਟ ਉਹਨਾਂ ਨੇ ਲਿਆਂਦਾ। ਦੂਜੀ ਗੱਲ ਜਿਹੜਾ ਇਹ ਸੀ ਵੀ ਉੱਥੇ ਫੌਜ ਨੇ ਲੋਕਾਂ ਨੂੰ ਪਿੱਛੇ ਹੱਥ ਬੰਨ੍ਹ ਕੇ ਨਾਜ਼ੀ ਸਟਾਈਲ ਸ਼ਬਦ ਵੀ ਉਹਨੇ ਇਹ ਵਰਤਿਆ, ਇਹ ਮੇਰੇ ਹਿਸਾਬ ਨਾਲ ਮੇਨ ਸਟ੍ਰੀਮ ਮੀਡੀਆ ਦੇ ਪੈਰਾਮੀਟਰ 'ਚ ਰਹਿ ਕੇ ਸ਼ਬਦ ਵਰਤਣਾ ਇਹ ਬਹੁਤ ਜ਼ਰੂਰਤ ਦੀ ਗੱਲ ਆ। ਠੀਕ, ਇਸ ਪੱਖੋਂ ਕੰਵਰ ਸੰਧੂ ਵਧਾਈ ਦਾ ਹੱਕਦਾਰ ਹੈ, ਉਹਨੇ ਜ਼ਰੂਰਤ ਦਿਖਾਈ ਹੈ। ਸੋ ਇਹ ਫੈਕਟ ਵੀ ਮਤਲਬ ਉਹਨੇ ਬਕਾਇਦਾ ਐਨ ਦਸਤਾਵੇਜ਼ੀ ਜਾਂ ਬੜੇ ਉਹਦੇ ਬਾਰੇ ਓਥੈਂਟਿਕ ਸਬੂਤ ਦੇ ਦੇਣ। ਠੀਕ, ਅਤੇ ਇਸ ਤਰ੍ਹਾਂ ਇੱਕ ਮੈਨੂੰ ਲੱਗਦਾ ਕਿ ਸੰਤਾਂ ਨੇ ਜਾਂ ਜੁਝਾਰੂਆਂ ਨੇ ਜੋ ਫਾਈਟ ਦਿੱਤੀ, ਉਹਨਾਂ ਦਾ ਸਾਰਾ ਯਤਨ ਇਹ ਸੀਗਾ ਮੇਨ ਸਟ੍ਰੀਮ ਮੀਡੀਏ ਦਾ ਜਾਂ ਜਿੰਨੀਆਂ ਵੀ ਐਂਟੀ ਸਿੱਖ ਫੋਰਸਿਸ ਦਾ ਕਿ ਉਸ ਲੜਾਈ ਦੀ ਜੋ ਮਹੱਤਤਾ ਹੈ ਉਹਨੂੰ ਘਟਾ ਕੇ ਪੇਸ਼ ਕੀਤਾ ਜਾਵੇ ਜਾਂ ਉਸ ਨੂੰ ਮਲਾਈਨ ਕੀਤਾ ਜਾਵੇ, ਹੋ ਰਹੀਆਂ ਗੱਲਾਂ ਨਾਲ ਜੋੜੀਆਂ ਜਾਣ ਕਿ ਜਿਸ ਸਪਿਰਿਟ ਨਾਲ ਲੜੇ। ਠੀਕ, ਅਤੇ ਉਹ ਸਪਿਰਿਟ ਦਾ ਇਹਦੇ ਜਿਸ ਤਰ੍ਹਾਂ ਇਹਨੇ ਸਾਰਾ ਨਰੇਟ ਕੀਤੀ ਹੈ ਲੜਾਈ, ਇਹ ਜ਼ਰੂਰੀ ਨਹੀਂ ਇਹਦੀ ਇੱਛਾ ਕੰਵਰ ਸੰਧੂ ਦੀ ਇਹੀ ਹੋਵੇ, ਪਰ ਜਿਸ ਢੰਗ ਨਾਲ ਕਿਉਂਕਿ ਉਹਨੇ ਇੱਕ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਉਹ ਸਪਿਰਿਟ ਪਤਾ ਲੱਗਦਾ ਹੈ। ਸੰਤਾਂ ਦੀ ਸ਼ਹਾਦਤ ਨੂੰ ਰੋਲਣ ਦੇ ਜਿਵੇਂ ਯਤਨ ਕੀਤੇ ਗਏ, ਉਹ ਸਪੈਕਟੇਕਲ ਕਿ ਸੰਤ ਕਿਵੇਂ ਕਿਸ ਤਰੀਕੇ ਨਾਲ ਸ਼ਹੀਦ ਹੋਏ, ਅਤੇ ਇਸ ਤਰ੍ਹਾਂ ਜਨਰਲ ਸੁਵੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਬਾਕੀ ਵੀ ਜਿਸ ਕਿਸਮ ਦੀ ਫਾਈਟ ਦਿੱਤੀ ਉਹਨਾਂ ਨੇ ਰਜਿਸਟੈਂਸ, ਬੜੇ ਵਿਸਥਾਰਕ ਤਰੀਕੇ ਨਾਲ ਨਰੇਟ ਕੀਤਾ ਗਿਆ, ਨਰੇਟ ਕੀਤਾ ਗਿਆ, ਕਿਉਂਕਿ ਸੰਤਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ 'ਤੇ ਜੇ ਫੌਜੀ ਹਮਲਾ ਹੋਇਆ ਤਾਂ ਅਸੀਂ ਉਹਨਾਂ ਨੂੰ ਨਾ ਲੋਹੇ ਦੇ ਚਨੇ 'ਚ ਵਾ ਦਿਆਂਗੇ। ਠੀਕ, ਇਹ ਗੱਲ ਇਹਦੀ ਸਾਰੀ ਜਿਵੇਂ ਨੇ ਡਿਪਿਕਟ ਕੀਤੀ ਹੈ ਉਹ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਲੋਹੇ ਦੇ ਚਨੇ 'ਚ ਵਾਏ। ਹਾਂ, ਨਾਲੇ ਇਹ ਵੀ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਉਸਨੇ ਫੌਜ ਦੇ ਵਿੱਚ ਬਗਾਵਤ ਨੂੰ ਰਿਪ੍ਰੈਜ਼ੈਂਟ ਕੀਤਾ, 12-13 ਯੂਨਿਟਾਂ ਦੇ ਵਿੱਚ, ਮਤਲਬ ਇਹ ਵੀ ਪਹਿਲੀ ਵਾਰੀ ਆਇਆ, ਇਹ ਵੀ ਪਹਿਲੀ ਵਾਰੀ ਹੋਈ ਹੈ, ਫੌਜੀ ਬਗਾਵਤ ਦਾ ਜੋ ਪੱਧਰ ਸੀਗਾ, ਬਗਾਵਤ ਦਾ ਪੱਧਰ ਸੀ, ਤੇ ਉਹ ਇੰਨਾ ਸਿਸਟੇਮੈਟਿਕਲੀ ਤੇ ਔਰ ਬੜਾ ਆਥੈਂਟਿਕ ਤਰੀਕੇ ਨਾਲ ਸਾਰਾ ਥਾਂ ਥਾਂ ਤੇ ਦੱਸਿਆ ਜਾ ਰਿਹਾ। ਪਰ ਇੱਥੇ ਇੱਕ ਗੱਲ ਹੋ ਰਿਹਾ ਜਸਪਾਲ ਸਿੰਘ ਜੀ, ਇਹਦੇ ਵਿੱਚ ਜੋ ਫੌਜੀ ਬਗਾਵਤ ਨੂੰ ਵੱਡੇ ਪੱਧਰ 'ਤੇ ਦਿਖਾਇਆ ਤਾਂ ਗਿਆ,
ਪਰ ਨਾਲ ਇੱਥੋਂ ਇਹ ਲੱਗਦਾ ਕਿ ਜਿਵੇਂ ਫੌਜੀ ਬਗਾਵਤ ਇੱਕ ਕਮਾਂਡ ਫੇਲੀਅਰ ਸੀ ਔਰ ਉਹਨਾਂ ਦੇ ਵਾਰ ਵਾਰ ਗੱਲ ਆ ਰਹੀ ਹੈ ਵੀ ਇਹ ਅਸਲ 'ਚ ਬਗਾਵਤ ਨਹੀਂ ਸੀ ਇਹ ਕਮਾਂਡ ਫੇਲੀਅਰ ਸੀ ਇਹਦੇ ਬਾਰੇ ਇਹ ਕਮਾਂਡ ਫੇਲੀਅਰ ਜਿਹੜਾ ਕਹਿਣਾ ਇਹ ਟੈਕਨੀਕਲ ਭਾਸ਼ਾ ਜਿਹੜੀ ਕੰਵਰ ਸੰਧੂ ਵਾਰ ਵਾਰ ਵਰਤਦਾ ਪਰ ਮੈਂ ਕਹੂੰਗਾ ਵੀ ਕੰਵਰ ਸੰਧੂ ਨੂੰ ਵੀ ਇਹਦੇ ਪਿੱਛੇ ਕਮਾਂਡ ਫੇਲੀਅਰ ਤੋਂ ਵੱਡਾ ਜਿਹੜਾ ਫਲਸਫੇ ਦਾ ਜਿਹੜਾ ਉਹਦੇ ਪਿੱਛੇ ਜਾਂ ਧਾਰਮਿਕ ਅਤੇ ਫਲਸਫੇ ਦਾ ਜਿਹੜਾ ਸਾਰਾ ਉਹਦੇ ਪਿੱਛੇ ਜ਼ੋਰ ਹੈ ਉਹਦੀ ਉਹਨੂੰ ਵੀ ਨਹੀਂ ਸਮਝ ਵੀ ਇਹ ਕਨਸੈਪਟ ਕਿਉਂ ਆ ਕਿਉਂ ਬੰਦੇ ਉੱਥੇ ਦੂਰ ਦੂਰ ਦੇ ਆ ਕੇ ਇਸ ਗੱਲ ਦੀ ਬਗਾਵਤ ਕਰਦੇ ਆ ਕਿਉਂ ਸਿੱਖ ਇੱਥੇ ਜਾ ਕੇ ਦਰਬਾਰ ਸਾਹਿਬ 'ਤੇ ਲੜੇ ਜਾਂ ਕਿਸ ਤਰੀਕੇ ਨਾਲ ਹਥਿਆਰਬੰਦ ਹੋ ਕੇ ਜਾਂ ਗੁਰਦੁਆਰਿਆਂ ਜਾਂ ਅਕਾਲ ਤਖਤ ਦੇ ਨਾਂ ਨਾਲ ਸਿੱਖਾਂ ਵਿੱਚ ਇਸ ਕਿਸਮ ਦਾ ਜੋਸ਼ ਕਿਉਂ ਭਰ ਜਾਂਦਾ ਹੈ ਇਹ ਜਿਹੜੀ ਗੱਲ ਹੈ ਜਸਪਾਲ ਸਿੰਘ ਨੇ ਪਹਿਲਾਂ ਕਹੀ ਸੀ ਕਿ ਇਹ ਇੱਕ ਤਾਂ ਵੀ ਇਹਦੀ ਲਿਮਿਟੇਸ਼ਨ ਇਹ ਹੈ ਕਿ ਉਹਨੂੰ ਇੱਕ ਸਰਟਨ ਪੈਰਾਮੀਟਰ ਦੇ ਵਿੱਚ ਰਹਿ ਕੇ ਗੱਲ ਕਰਨੀ ਪੈ ਰਹੀ ਹੈ ਇਹ ਓਬਜੈਕਟਿਵ ਲਿਮਿਟੇਸ਼ਨ ਹੈ ਮੈਂ ਕਹਿੰਦਾ ਇਹ ਨਾ ਵੀ ਹੋਵੇ ਇੱਕ ਜਿਹੜੀ ਆਊਟਲੁੱਕ ਦੀ ਪ੍ਰੋਬਲਮ ਹੈ ਕਿਉਂਕਿ ਅਸੀਂ ਜਨਰਲੀ ਦੇਖਿਆ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਜਿਸ ਕਿਸਮ ਦੀ ਇੱਕ ਸੁਸਾਇਟੀ ਸਿੱਖ ਸੁਸਾਇਟੀ 'ਚ ਵੀ ਪੋਲਰਾਈਜੇਸ਼ਨ ਹੋਈ ਬਰੋਡਲੀ ਉਹ ਹੋਈ ਵੀ ਪੜ੍ਹੇ ਲਿਖਿਆਂ 'ਚ ਅਤੇ ਅਨਪੜ੍ਹਾਂ 'ਚ ਜਿਹੜੇ ਅਨਪੜ੍ਹ ਕਹਿ ਲਈ ਆਪਾਂ ਜਿਹੜੇ ਆਮ ਲੋਕ ਸੀਗੇ ਪਿੰਡਾਂ ਦੇ ਉਹਨਾਂ ਨੇ ਉੱਠ ਕੇ ਲੜੇ ਵਿਰੋਧ ਦੇ ਵਿੱਚ ਅਤੇ ਉਹ ਉਦੋਂ ਤੱਕ ਲੜਦੇ ਰਿਹਾ ਜਦੋਂ ਤੱਕ ਪੂਰੇ ਹੱਫ ਨਹੀਂ ਗਏ ਪਰ ਇੰਡੀਅਨ ਸਟੇਟ ਨੂੰ ਇਸ ਕਿਸਮ ਦੀ ਪਹਿਲੀ ਵਾਰ ਟੱਕਰ ਦਿੱਤੀ ਉਹਨਾਂ ਨੇ ਪਰ ਜਿੰਨਾ ਪੜ੍ਹਿਆ ਲਿਖਿਆ ਵਰਗ ਹੈ ਕਿਉਂਕਿ ਮੈਂ ਕਿਤਾਬਾਂ ਲਿਖੀਆਂ ਦੋ ਤਿੰਨ ਅਤੇ ਅਜੇ ਵੀ ਮੈਂ ਉੱਥੇ ਕੰਮ ਕਰ ਰਿਹਾ ਅਤੇ ਮੈਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਖਾਸ ਕਰਕੇ ਸਿੱਖ ਵਿਦਵਾਨ ਜਿਹੜਾ ਐਲੀਟ ਹੈ ਅਤੇ ਇਕੱਲੇ ਵਿਦਵਾਨ ਨਹੀਂ ਕੋਈ ਫੌਜੀ ਰਿਟਾਇਰਡ ਜਰਨੈਲ ਹੈ ਆਈ ਏ ਐੱਸ ਅਫਸਰ ਹੈ ਆਈ ਪੀ ਐੱਸ ਅਫਸਰ ਹੈ ਇਹ ਜਿੰਨੇ ਵੀ ਬੰਦੇ ਇੰਡੀਅਨ ਸਿਸਟਮ ਨਾਲ ਇੰਟੈਗਰੇਟ ਹੋ ਚੁੱਕੇ ਸੀ ਉਹਨਾਂ ਦਾ ਇੱਕ ਜਿਹੜਾ ਆਊਟਲੁੱਕ ਹੈ ਉਹ ਹੁਣ ਆਊਟਲੁੱਕ ਖਾਸ ਤਰਜ਼ 'ਤੇ ਢਲਿਆ ਹੋਇਆ ਹੈ ਉਹਨਾਂ ਨੇ ਜਿਸ ਕਿਸਮ ਦੀ ਵਿੱਦਿਆ ਗ੍ਰਹਿਣ ਕੀਤੀ ਜਿਸ ਕਿਸਮ ਦੇ ਉਹਨਾਂ ਨੇ ਮਤਲਬ ਇੰਟਰਨਲਾਈਜ਼ ਕਰ ਲਈ ਇੱਕ ਫਿਲੋਸਫੀ ਉਹ ਕੀ ਹੈ ਕਿ ਆਈਡੀਅਲ ਫਾਰਮ ਆਫ ਸੋਸ਼ਲ ਲਾਈਫ ਇਜ਼ ਵੈਸਟਰਨਾਈਜ਼ਡ ਸੈਕੂਲਰਿਜ਼ਮ ਉਹ ਫਿਰ ਉੱਥੋਂ ਖੜ ਕੇ ਦੇਖਦੇ ਨੇ ਉੱਥੋਂ ਉਹਨਾਂ ਨੂੰ ਸਾਰਾ ਕੁਛ ਨਾ ਉਹਨਾਂ ਨੂੰ ਸੰਤ ਜਰਨੈਲ ਸਿੰਘ ਦੀ ਸਮਝ ਆ ਰਹੀ ਹੈ ਵੀ ਉਹ ਕਿਉਂ ਕਰ ਰਿਹਾ ਮਤਲਬ ਇਹ ਜਿਹੜਾ ਨਜ਼ਰੀਆ ਨਾ ਇੱਕ ਵੀ ਦ੍ਰਿਸ਼ਟੀ ਤੁਹਾਡੀ ਕੀ ਹੈ ਇਹ ਪੈਰ ਪੈਰ 'ਤੇ ਜੇ ਆਪਾਂ ਇਹਦੀ ਸਾਰੋ ਕਰੀਏ ਆਪਾਂ ਡਾਈਸੈਕਸ਼ਨ ਤੁਸੀਂ ਦੇਖੋਗੇ ਉਹਦੀ ਸਾਰੀ ਭਾਸ਼ਾ ਤੋਂ ਪੇਸ਼ਕਾਰੀ ਤੋਂ ਉਹਦੇ ਨਿਰਣਿਆਂ ਤੋਂ ਉਹਦੇ ਪ੍ਰਭਾਵਾਂ ਤੋਂ ਅਤੇ ਉਹ ਉੱਥੇ ਖਾਸ ਤੌਰ 'ਤੇ ਹੁਣ ਪਰ ਇਹਦੇ 'ਚ ਮੈਨੂੰ ਲੱਗਦਾ ਵੀ ਉਹ ਇੰਡੀਵਿਜੁਅਲ ਦਾ ਦੋਸ਼ ਨਹੀਂ ਕੰਵਰ ਸੰਧੂ ਦਾ ਇਕੱਲੇ ਦਾ ਦੋਸ਼ ਨਹੀਂ ਇਹ ਇੱਕ ਪੂਰਾ ਸੈਕਸ਼ਨ ਹੈ ਸੋ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਇਹ ਇਕੱਲਾ ਇੱਥੇ ਨਹੀਂ ਆਇਆ ਦੁਨੀਆਂ 'ਚ ਜਿੱਥੇ ਵੀ ਇਸ ਕਿਸਮ ਦੇ ਵਰਤਾਰੇ ਵਾਪਰੇ ਨੇ ਕੌਮਾਂ ਦੇ ਉੱਤੇ ਜਦੋਂ ਕੋਈ ਐਡਾ ਵੱਡਾ ਖਾਸ ਕਰਕੇ ਹੋਲੋਕਾਸਟ ਜਿਹਨੇ ਹੋਲੋਕਾਸਟ ਦਾ ਲਿਟਰੇਚਰ ਪੜ੍ਹਿਆ ਸਾਰਾ ਵੀ ਉੱਥੋਂ ਦੇ ਵਿਦਵਾਨਾਂ ਨੇ ਜਿਵੇਂ ਉਹਨੂੰ ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਇਹ ਗੱਲ ਉੱਥੇ ਵੀ ਵਾਪਰੀ ਸੀ ਉਹਨਾਂ ਨੇ ਪਰ ਇਹਨੂੰ ਬਹੁਤ ਡੂੰਘਾਈ 'ਚ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿਉਂ ਸਾਡਾ ਹੀ ਇੱਕ ਵਰਗ ਹੈ ਕਿਉਂ ਕਰ ਰਿਹਾ ਸੋ ਇੱਕ ਇੱਕ ਮੈਂ ਇੱਥੇ ਦੇਖ ਰਿਹਾ ਸੀਗਾ ਇੱਕ ਵਿਦਵਾਨ ਨੇ ਇਹ ਕਿਹਾ ਵੀ ਉਹਨਾਂ ਨੂੰ ਕੰਡੈਮ ਨਾ ਕਰੋ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਠੀਕ ਅੱਛਾ ਜੇ ਆਪਾਂ ਜੀ ਜਾਂ ਮੈਂ ਇਸ ਨੂੰ ਥੋੜ੍ਹਾ ਜਿਹਾ ਸਪਲੀਮੈਂਟ ਕਰਨਾ ਚਾਹੁੰਦਾ ਸਾਡਾ ਜਿਹੜਾ ਇੰਗਲਿਸ਼ ਐਜੂਕੇਟਡ ਹੈ ਬੰਦਾ ਸੀਗਾ ਉਹਦਾ ਨਜ਼ਰੀਆ ਬਿਲਕੁਲ ਵੱਖਰਾ ਹੋ ਗਿਆ ਵੈਸਟਰਨਾਈਜ਼ ਹੋ ਗਿਆ ਉਹ ਜਿਹੜੀ ਲਿਬਰਲ ਇੰਡੀਵਿਜੁਅਲਿਜ਼ਮ ਦੀ ਜਿਹੜੀ ਫਿਲਾਸਫੀ ਹੈ ਲਿਬਰਲ ਡੈਮੋਕ੍ਰੇਸੀ ਦੇ ਕਨਸੈਪਟ 'ਤੇ ਉਹਦੇ ਵਿੱਚ ਉਹ ਸਾਰਾ ਕੁਛ ਫਸ ਗਿਆ ਸਾਰਾ ਉਹਦੀ ਥਿੰਕਿੰਗ ਬਿਲਕੁਲ ਓਰੀਐਂਟੇਸ਼ਨ ਥਿੰਕਿੰਗ ਦੀ ਬਣ ਗਈ ਉਹਨੂੰ ਇਹ ਸਮਝ ਹੀ ਨਹੀਂ ਆ ਰਿਹਾ ਸੀ ਵੀ ਇਹ ਕਿਉਂ ਹੋ ਰਿਹਾ ਇੱਥੇ ਸਾਰਾ ਕੁਛ ਉਹ ਉਸੇ ਮਾਪਦੰਡ ਵਿੱਚ ਉਸੇ ਉਹ ਪੈਰਾਮੀਟਰ ਵਿੱਚ ਸੋਚ ਰਿਹਾ ਜਿਵੇਂ ਦੂਸਰੇ ਸੋਚਦੇ ਆ ਵੀ ਸਟੇਟ ਸੁਪਰੀਮ ਹੈ ਇੰਡੀਅਨ ਨੇਸ਼ਨ ਸਟੇਟ ਸੁਪਰੀਮ ਹੈ ਉਹਦੇ ਵਿੱਚ ਇਹ ਕਿਵੇਂ ਹੋ ਸਕਦਾ ਵੀ ਕਿਸੇ ਦਰਬਾਰ ਸਾਹਿਬ 'ਚ ਜਾਂ ਕਿਤੇ ਹੋਰ ਕਿਸੇ ਧਾਰਮਿਕ ਸਥਾਨ 'ਤੇ ਸਿੱਖ ਕਿਤੇ ਹਥਿਆਰਬੰਦ ਹੋ ਸਕਦੇ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਹੋਈ ਗੱਲਬਾਤ ਕੀ ਹੈ ਕਿਉਂਕਿ ਹਿਸਟਰੀ ਤੋਂ ਘੋ ਰਿਹਾ ਕਿਉਂਕਿ ਫੰਡਾਮੈਂਟਲ ਗੱਲ ਇਹੀ ਹੈ ਵੀ ਜਿਹੜੀ ਸਟੇਟ ਹੈ ਮਾਡਰਨ ਸਟੇਟ ਹੁਣ ਮੈਕਸ ਵੈਬਰ ਨੇ ਇਹਨੂੰ ਜਿਵੇਂ ਡਿਫਾਈਨ ਕੀਤਾ ਵੀ ਸਟੇਟ ਕੀ ਹੈ ਹਾਂਜੀ ਜਿਹਦੇ ਕੋਲ ਵਾਇਲੈਂਸ ਦੀ ਲੀਗਲ ਵਾਇਲੈਂਸ ਦੀ ਮੋਨੋਪਲੀ ਹੈ ਕਿਉਂਕਿ ਸਾਰੇ ਇੰਸਟੀਟਿਊਸ਼ਨ ਜਿਹੜੇ ਉਹ ਵਾਇਲੈਂਸ ਵਾਸਤੇ ਖੜੇ ਜਦੋਂ ਉਹ ਲੋਕਾਂ 'ਤੇ ਰੂਲ ਕਰਦੇ ਤਾਂ ਇਕੱਲੇ ਇਹ ਨਹੀਂ ਵੀ ਲੋਕਾਂ ਤੋਂ ਉਹ ਭਾਵੇਂ ਵੋਟਾਂ ਪਵਾਉਣ ਭਾਵੇਂ ਕੁਛ ਵੀ ਕਰਨ ਅਲਟੀਮੇਟਲੀ ਉਹ ਹਿੰਸਾ ਦਾ ਸਹਾਰਾ ਲੈਂਦੇ ਨੇ ਸੋ ਇਹ ਜਿਹੜੀ ਗੱਲ ਇੱਕ ਪ੍ਰਵਾਨਤ ਸਥਾਪਿਤ ਕਰਤੀ ਉਹਨਾਂ ਨੇ ਵੀ ਹਿੰਸਾ ਦਾ ਅਧਿਕਾਰ ਇਕੱਲੀ ਸਟੇਟ ਨੂੰ ਹੈ ਅਤੇ ਜੇ ਕੋਈ ਦੂਜਾ ਬੰਦਾ ਸਟੇਟ ਤੋਂ ਪਾਸੇ ਹਟ ਕੇ ਹਿੰਸਾ ਦੇ ਰਾਹ ਪੈਂਦਾ ਉਹ ਗੈਰ ਕਾਨੂੰਨੀ ਹੈ ਸੋ ਇਸ 'ਚ ਆਪਾਂ ਦੇਖਦੇ ਹਾਂ ਕਿ ਕੰਵਰ ਸੰਧੂ ਦੀ ਸਾਰੀ ਭਾਸ਼ਾ ਜਿਹੋ ਜਿਹੇ ਸਵਾਲ ਖੜ੍ਹੇ ਕਰਦਾ ਹੈ ਜਿਹੋ ਜਿਵੇਂ ਗੱਲ ਕਰਦਾ ਜਿਵੇਂ ਸੋਚਦਾ ਇਕੱਲਾ ਕੰਵਰ ਸੰਧੂ ਨਹੀਂ ਜਿੰਨੇ ਸਾਡੇ ਸਿੱਖ ਅਲੀਟ ਕਹਿ ਲਈਏ ਉਹਨਾਂ ਦਾ ਇਹ ਇਸ ਕਿਸਮ ਦਾ ਜਿਹੜਾ ਸੀ ਨਾ ਵੀ ਮੇਲ ਖਾਂਦੀ ਹੈ ਸਟੇਟ ਹਾਂ ਹਾਂ ਮੇਲ ਖਾਂਦੀ ਹੈ ਅਤੇ ਉਹ ਇਹਨੂੰ ਮੰਨ ਕੇ ਤੁਰਦੇ ਨੇ ਸੋਵਰਨਿਟੀ ਅਤੇ ਫਾਈਨਲ ਅਥਾਰਟੀ
ਸਵਾਲ ਵੀ ਇਸੇ ਗੱਲ ਦੇ ਛੱਡਦਾ, ਮੈਂ ਇਹਨਾਂ ਦੀ ਗੱਲ ਦੇ ਪੂਰਾ ਸਵਾਲ ਵੀ ਇਹ ਛੱਡਦਾ ਵੀ ਕੀ ਸਿੱਖ ਸੋਚਣਗੇ ਵੀ ਉੱਥੇ ਹਥਿਆਰ ਲਿਜਾਣਾ ਠੀਕ ਸੀ, ਕੀ ਡੈਮੋਕਰੈਟਿਕ ਸੈਟਅਪ ਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ, ਇਹ ਸਵਾਲ ਉਹ ਸਿੱਖਾਂ 'ਤੇ ਖੁੱਲ੍ਹਾ ਛੱਡਦਾ। ਇਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ, ਪਰ ਪਹਿਲਾਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਜਿਹੜੇ ਆਮ ਪ੍ਰਚਲਿਤ ਜੋ ਕਾਰਨ ਦੱਸੇ ਜਾਂਦੇ ਨੇ ਹਮਲੇ ਦੇ, ਜੋ ਪਿਛਲੇ 29 ਸਾਲਾਂ ਦੇ ਵਿੱਚ ਲੋਕਾਂ ਨੂੰ ਅਤੇ ਸਿੱਖਾਂ ਨੂੰ ਜੋ ਕਾਰਨ ਦੱਸੇ ਜਾਂਦੇ ਨੇ, ਉਹਨਾਂ ਕਾਰਨਾਂ ਬਾਰੇ ਆਪਾਂ ਪਹਿਲਾਂ ਗੱਲ ਕਰੀਏ। ਸਭ ਤੋਂ ਪਹਿਲਾ ਕਾਰਨ ਜਿਹੜਾ ਕਿ ਜੋ ਇਹ ਓਪਰੇਸ਼ਨ ਨੂੰ ਚਲਾ ਰਹੇ ਸੀ ਜਨਰਲ ਕੇ ਐੱਸ ਬਰਾੜ, ਉਹਨਾਂ ਨੇ ਵੀ ਕਿਹਾ ਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਸੀ, ਕਿਸੇ ਵੀ ਸਮੇਂ ਖਾਲਿਸਤਾਨ ਦਾ ਐਲਾਨ ਹੋ ਸਕਦਾ ਸੀ। ਸਭ ਤੋਂ ਪਹਿਲਾਂ ਆਪਾਂ ਇਸ ਮੁੱਢਲੇ ਕਾਰਨ ਬਾਰੇ ਗੱਲ ਕਰੀਏ ਜਿਹੜਾ ਕਿ ਮੰਨਿਆ ਜਾਂਦਾ ਕਿ ਹਮਲੇ ਦਾ ਇੱਕ ਪ੍ਰਮੁੱਖ ਕਾਰਨ ਸੀ। ਇਹ ਜਿਹੜੇ ਕਾਰਨ ਹੈਗੇ ਨਾ, ਇਸ ਇਹ ਇੱਕ ਖਾਸ ਕਿਸਮ ਦੇ ਸਟੇਟ ਵੱਲੋਂ ਸਪੌਂਸਰਡ ਕਾਰਨ ਸੀ ਜਾਂ ਪੇਸ਼ ਕੀਤੇ ਕਾਰਨ ਸੀ। ਇਹਨਾਂ ਦੇ ਆਈ ਬੀ ਦਾ ਹੀ ਜਿਹੜਾ ਆਫਿਸਰ ਹੈ, ਜਿਹੜਾ ਉੱਥੇ ਇੰਚਾਰਜ ਹੈਗਾ ਅੰਮ੍ਰਿਤਸਰ ਆਈ ਬੀ ਆਫਿਸ ਦਾ, ਐਮ ਪੀ ਐੱਸ ਔਲਖ, ਉਹ ਖੁਦ ਕਹਿੰਦਾ ਵੀ ਇਸ ਕਿਸਮ ਦੀ ਅੰਦਰ ਵਾਲਿਆਂ ਦੇ ਵਿੱਚ, ਗੋਲਡਨ ਟੈਂਪਲ ਦੇ ਅੰਦਰ ਵਾਲਿਆਂ ਦੇ ਵਿੱਚ ਕਿਸੇ ਕਿਸਮ ਦੀ ਖਾਲਿਸਤਾਨ ਦੀ ਕੋਈ ਗੱਲਬਾਤ ਨਹੀਂ ਸੀ। ਉਹ ਇਸ ਗੱਲ ਨੂੰ ਵੀ ਓਪਨਲੀ ਇਸੇ ਡਾਕੂਮੈਂਟਰੀ ਵਿੱਚ, ਜੇ ਆਈ ਬੀ ਡਿਨਾਈ ਕਰ ਰਹੀ ਹੈ ਤਾਂ ਫਿਰ ਆਈ ਬੀ ਸੈਂਟਰ ਦੀਆਂ ਅੱਖਾਂ ਅਤੇ ਕੰਨ ਹੈ ਆਈ ਬੀ। ਆਈ ਬੀ ਨੂੰ ਤੁਸੀਂ ਇਸ ਤਰੀਕੇ ਨਾਲ ਡਿਸਮਿਸ ਨਹੀਂ ਕਰ ਸਕਦੇ, ਕਿਉਂਕਿ ਇਹ ਆਧਾਰ ਸਿਰਫ ਮੈਨੂੰ ਐਂ ਲੱਗਦਾ ਵੀ ਕੁਛ ਮੀਡੀਆ 'ਚ ਬਣਾਇਆ ਗਿਆ, ਕੁਛ ਜਾਣ ਕੇ ਪ੍ਰੋਪੋਗੰਡਾ ਕਰਨ ਗਿਆ, ਕਿਉਂਕਿ ਕਿਸੇ ਨੂੰ ਤੁਸੀਂ ਕਿਸੇ ਉੱਤੇ ਐਕਸ਼ਨ ਕਰਨ ਲਈ ਜਾਂ ਇੰਨੀ ਐਕਸੈਸ ਬਹੁਤ ਜ਼ਿਆਦਾ ਫੋਰਸ ਨੂੰ ਯੂਜ਼ ਕਰਨ ਲਈ ਕੋਈ ਨਾ ਕੋਈ ਆਧਾਰ ਅਤੇ ਕੋਈ ਨਾ ਕੋਈ ਦੇਖੋ ਖੜਾ ਕਰਨਾ ਪੈਣਾ। ਬੇਸਿਕ ਗੱਲ ਹੈ, ਜਿਹੜੀ ਹਮਲਾਵਰ ਹੈ ਕੋਈ, ਉਹਨੇ ਹਮਲੇ ਦੀ ਜਸਟੀਫਿਕੇਸ਼ਨ ਦੇਣੀ ਹੈ। ਠੀਕ ਹੈ ਨਾ, ਜਨਰਲ ਰੂਲ ਇਹ ਹੈ ਵੀ ਹਮਲਾਵਰ ਵੱਲੋਂ ਦਿੱਤੀ ਜਸਟੀਫਿਕੇਸ਼ਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੋ, ਉਹਨੂੰ ਫੇਸ ਵੈਲਿਊ 'ਤੇ ਨਾ ਲੈ। ਇੱਕ ਗੱਲ ਹੋਰ ਇਹਦੇ 'ਚ ਵਾਰ ਵਾਰ ਇਹ ਸਾਹਮਣੇ ਆਇਆ ਕਿ ਜੋ ਪੰਜਾਬ 'ਚ 84 ਤੋਂ ਪਹਿਲਾਂ ਪ੍ਰੀ 84 ਜਿਹੜੀ ਹਿੰਸਾ, ਉਸਦਾ ਕੇਂਦਰ ਇਹ ਕਿਹਾ ਗਿਆ ਕਿ ਅਕਾਲ ਤਖ਼ਤ ਸਾਹਿਬ ਸੀ, ਵੀ ਉੱਥੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਤਲ ਵਾਸਤੇ ਜਾਂ ਕਿਸੇ ਵੀ ਕੰਮ ਵਾਸਤੇ, ਦਿਸ਼ਾ ਨਿਰਦੇਸ਼ ਅਕਾਲ ਤਖ਼ਤ ਸਾਹਿਬ ਤੋਂ ਕੀਤੇ ਗਏ ਸੀ, ਅਤੇ ਇੱਕ ਬੜੀ ਵੱਡੀ ਲਾਅ ਐਂਡ ਆਰਡਰ ਪ੍ਰੋਬਲਮ ਆ ਗਈ ਸੀ ਸਟੇਟ 'ਚ। ਦੇਖੋ ਇਹ ਹੁਣ ਭਾਸ਼ਾ ਦੀ ਜਿਹੜੀ ਭਾਸ਼ਾ ਨਾ, ਇਹ ਬੜੀ ਗੜਬੜ ਕਰ ਦਿੰਦੀ ਹੈ ਵੀ ਤੁਸੀਂ ਗੱਲ ਨੂੰ ਪੇਸ਼ ਕਿਵੇਂ ਕਰ ਰਹੇ ਹੋ, ਕਿਹੜੀ ਭਾਸ਼ਾ 'ਚ। ਸੰਘਰਸ਼ ਨੂੰ ਕਤਲ ਕਹਿਣਾ, ਇੱਕ ਤਾਂ ਇਹ ਕਹਿਣਾ ਕਿ ਸਿੱਖ ਸੰਘਰਸ਼ ਦਰਬਾਰ ਸਾਹਿਬ ਤੋਂ ਸੰਚਾਲਿਤ ਹੋ ਰਿਹਾ ਸੀ, ਇੱਕ ਇਹ ਕਹਿਣਾ ਵੀ ਉੱਥੇ ਜਿਵੇਂ ਉਹੀ ਕਾਤਲ ਬੈਠੇ ਨੇ ਪਹਾੜੇ ਦੇ ਅਤੇ ਉਹ ਬਿਨਾਂ ਕਿਸੇ ਮਕਸਦ ਤੋਂ ਉਹ ਕਤਲ ਕਰੀ ਜਾਂਦੇ ਨੇ। ਸੋ ਅਨਫਾਰਚੂਨੇਟਲੀ ਇਹ ਹੋਇਆ ਵੀ ਇਹ ਭਾਸ਼ਾ ਜਿਹੜੀ ਹੈ ਬਹੁਤ ਵਿਆਪਕ ਪੱਧਰ ਦੇ ਉੱਤੇ ਮੀਡੀਏ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਇਕੱਲੇ ਮੀਡੀਏ ਨੇ ਨਹੀਂ। ਜਿਵੇਂ ਇਹ ਵੀ ਗੱਲ ਆਈ ਹੈ ਕਿ 1984 ਤੋਂ ਪਹਿਲਾਂ 161 ਵਿਅਕਤੀਆਂ ਦਾ ਪੰਜਾਬ ਦੇ ਵਿੱਚ ਜਾਂ ਇੱਦਾਂ ਕਤਲ ਹੋਇਆ, ਹਿੰਸਾ ਤੋਂ ਪ੍ਰਭਾਵਿਤ ਹੋਏ, ਇਹ ਗੱਲ ਵੀ ਮੀਡੀਆ 'ਚ ਉਦੋਂ ਬੜੀ ਪ੍ਰਚਲਿਤ ਰਹੀ ਹੈ। ਉਹਦੇ ਵਿੱਚ ਪੇਸ਼ ਇਹ ਕੀਤਾ ਗਿਆ ਵੀ ਸੋ ਉਸ ਹਮਲੇ ਦੇ ਵਿੱਚ ਇਹ ਪੇਸ਼ ਕੀਤਾ ਗਿਆ ਵੀ ਇੱਥੇ ਪੰਜਾਬ ਦੇ ਵਿੱਚ ਹਿੰਦੂ ਮਾਰੇ ਜਾ ਰਹੇ ਆ, 161 ਵਿਅਕਤੀ ਮਾਰੇ ਗਏ, ਉਹਨਾਂ ਵਿੱਚ ਕੋਈ ਇਸ ਕਿਸਮ ਦਾ ਵੀ ਇਹ ਖਾੜਕੋ ਨੇ 161 ਮਿਲੀਟੈਂਟ ਨੇ 161 ਬੰਦੇ ਮਾਰਤੇ, ਪਰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਹਿੰਦੂ ਕਿੰਨੇ ਆ, ਪਰ ਇੰਪ੍ਰੈਸ਼ਨ ਇਹ ਦੇਣ ਦੀ ਕੋਸ਼ਿਸ਼ ਕੀਤੀ ਵੀ ਸਾਰੇ ਹਿੰਦੂ ਸੀ, ਇਹ ਇੰਪ੍ਰੈਸ਼ਨ ਦੇਣ ਦੀ ਬਿਨਾਂ ਕਹੇ ਤੋਂ। ਇਸ ਵੇਖੋ ਇਹੀ ਸੀ ਵੀ ਖਾਲਿਸਤਾਨ ਦੀ ਅਨਾਊਂਸਮੈਂਟ ਹੋਜੂ, ਹਿੰਦੂ ਪੰਜਾਬ 'ਚ ਮਾਰੇ ਜਾ ਰਹੇ ਆ, ਵਾਇਲੈਂਸ ਇੱਥੇ ਅੰਦਰੋਂ ਸ਼ੁਰੂ ਹੋ ਰਹੀ ਹੈ, ਇਹੋ ਜਿਹੇ 4-5 ਜਿਹੜੇ ਸਵਿਚਾਰ ਕਾਰਨ ਸੀ, ਜਾਂ ਉਹਨਾਂ ਨੇ ਮੇਨ ਸਟ੍ਰੀਮ ਜਿਹੜੇ ਅਕਾਲੀ ਦਲ ਸੀ, ਪੋਲੀਟੀਕਲ ਪਾਰਟੀ ਆ, ਉਹਦੇ 'ਤੇ ਕਬਜ਼ਾ ਕਰ ਲਿਆ, ਜਿਵੇਂ ਆਹ ਮੈਂ ਡਾਕੂਮੈਂਟਰੀ ਵਿੱਚ ਆਉਂਦਾ। ਇਹ ਸਾਰੀਆਂ ਗੱਲਾਂ ਉਸ ਆਪਣੇ ਹਮਲੇ ਕਰਨ ਲਈ ਇੱਕ ਲੌਜਿਕ, ਇੱਕ ਇਸ ਕਿਸਮ ਦਾ ਰੈਸ਼ਨਲ ਕ੍ਰੀਏਟ ਕੀਤਾ, ਕੁਛ ਮਨਘੜਤ ਗੱਲਾਂ ਵੀ ਧਮਾਈਆਂ, ਇੱਕ ਮਤਲਬ ਉਹਦੇ ਖਿਲਾਫ ਪ੍ਰੇਜੂਡਿਸ ਖੜਾ ਕਰਨ ਵਾਸਤੇ, ਜਿਵੇਂ ਇਹ ਕਹਿਣਾ ਕਿ ਹਿੱਟ ਲਿਸਟ ਹੈ, ਇਦੋਂ ਵੀ ਬਿਹੂਦਾ ਗੱਲ ਇਹ ਪ੍ਰਚਲਿਤ ਰਹੀ ਹੈ, ਘੜਾ ਵੀ ਉੱਥੇ ਘੜਾ ਰੱਖਿਆ ਹੋਇਆ, ਉਹ 'ਚ ਪਰਚੀਆਂ ਪਾਈਆਂ ਹੋਈਆਂ ਬੰਦਿਆਂ ਦੇ ਨਾਂ ਲਿਖ ਕੇ, ਉਹ ਜਿਹੜੀ ਪਰਚੀ ਆ ਜਾਂਦੀ ਹੈ ਉਹਨੂੰ। ਹੁਣ ਇਹ ਸਾਰੀਆਂ ਗੱਲਾਂ, ਹੁਣ ਚਲੋ ਇਹ ਤਾਂ ਗੱਲ ਚੰਗੀ ਹੋਈ ਕਿ ਕੰਵਰ ਸੰਧੂ ਨੇ ਜਿਹੜੀ ਹਰਿਮੰਦਰ ਸੰਧੂ ਦੀ ਇੰਟੈਰੋਗੇਸ਼ਨ ਰਿਪੋਰਟ ਕੋਰਟ ਕੀਤੀ ਹੈ, ਉਹਦੇ ਵਿੱਚ ਉਹਨੇ ਮਤਲਬ ਕਿਹਾ ਵੀ ਕੋਈ ਹਿੱਟ ਲਿਸਟ ਨਹੀਂ, ਸਾਨੂੰ ਸਭ ਨੂੰ ਪਤਾ ਹੈ ਵੀ ਕੋਈ ਹਿੱਟ ਲਿਸਟ ਨਹੀਂ ਸੀ, ਕੋਈ ਘੜਾ ਨਹੀਂ ਸੀ। ਪਰ ਜਿਹੜੀ ਗੱਲ ਹੁਣ ਤੁਸੀਂ 100 ਵਾਰ ਲੋਕਾਂ ਦੇ ਵਿੱਚ ਲੈ ਜਾਓ ਅਤੇ ਲੋਕ ਮੰਨਣ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੂੰ, ਉਹਨਾਂ ਦਾ ਵੀ ਇਹ ਰੁਝਾਨ ਇੱਧਰ ਨੂੰ ਹੈ। ਤੋ ਇਸ ਕਿਸਮ ਦਾ ਮਤਲਬ ਇੱਕ ਬਦਨਾਮ ਕਰਨ ਵਾਸਤੇ। ਸੋ ਮੈਨੂੰ ਲੱਗਦਾ ਨਾ ਆਪਾਂ ਇਹਨੂੰ ਇਸ ਨੂੰ ਇੱਥੇ ਰੱਖੀਏ ਕਿ ਸਿੱਖਾਂ ਦੀ ਇੱਕ ਸਟਰਗਲ ਚੱਲ ਰਹੀ ਸੀ, ਇੱਕ ਸਟੇਜ 'ਤੇ ਆ ਕੇ ਉਹ ਸਟਰਗਲ ਨੇ ਆਰਮਡ ਸਰੂਪ ਅਖਤਿਆਰ ਕਰ ਲਿਆ। ਸੋ ਇਹਨੂੰ ਕਤਲਾਂ ਦੀ ਗੱਲ ਕਹਿਣਾ ਵੀ ਜਿਹੜੇ ਵਰਤ ਹੋ ਰਹੇ, 4-5 ਕਾਰਨ ਜਿਹੜੇ ਪ੍ਰਚਲਿਤ ਸੀਗੇ, ਤੁਸੀਂ ਕਹਿਣਾ ਚਾਹੁੰਦੇ ਕਿ ਬਿਲਕੁਲ ਨਿਰਾਧਾਰ ਨਹੀਂ? ਆਪ ਜਿਵੇਂ ਪਹਿਲੀ ਵੀ ਗੱਲ ਕੀਤੀ, ਹਮਲਾਵਰ ਨੇ ਜਦੋਂ ਹਮਲਾ ਕਰਨਾ ਕੋਈ ਜਸਟੀਫਿਕੇਸ਼ਨ ਦੇਣੀ ਹੁੰਦੀ ਹੈ, ਠੀਕ ਹੈ, ਇੱਕ ਤਾਂ ਇਹ, ਦੂਜੀ ਗੱਲ ਹੈ ਵੀ ਉਹਨੇ ਹਮਲੇ ਲਈ ਕੋਈ ਬਹਾਨਾ ਲੱਭਣਾ ਹੁੰਦਾ ਹੈ ਹਮੇਸ਼ਾ ਹੀ, ਇਤਿਹਾਸ 'ਚ ਤੁਸੀਂ ਇਕੱਲੇ ਸਾਡੇ ਨਾਲ ਨਹੀਂ, ਜਿਹੜੇ ਵੀ ਇਸ ਕਿਸਮ ਦੇ ਵੱਡੇ ਮਨੁੱਖਤਾ ਦੇ ਵਿਰੁੱਧ ਕ੍ਰਾਈਮ ਹੋਏ ਨੇ ਤਾਂ ਪਹਿਲਾਂ ਉਹ ਵਿਕਟਮ ਧਿਰ ਨੂੰ ਕਿਤੇ ਨਾ ਕਿਤੇ ਬਲੇਮ ਕਰਨਾ,
ਵੀ ਤਾਂ ਕਿ ਜਸਟੀਫਾਈ ਹੋ ਜਾਵੇ। ਸੋ ਇਹ ਸਾਰੀ ਪੋਲੀਟਿਕਸ ਜਿਹੜੀ ਹੈ ਜਾਂ ਤੁਸੀਂ ਇਹਨੂੰ ਅੰਡਰਸਟੈਂਡ ਨਹੀਂ ਕਰਦੇ ਵੀ ਕਿਵੇਂ ਸਾਨੂੰ ਬਲੇਮ ਕੀਤਾ ਗਿਆ ਤਾਂ ਕਿ ਜਸਟੀਫਾਈ ਹੋ ਜਾਵੇ। ਸੋ ਕਾਰਨ ਕੀ ਸੀ ਹਮਲੇ ਦਾ ਅਤੇ ਬਹਾਨਾ ਕੀ ਬਣਾਇਆ, ਇਹ ਦੋ ਗੱਲਾਂ ਨੂੰ ਨਿਖੇੜ ਕੇ ਦੇਖਣਾ ਚਾਹੀਦਾ। ਜੇ ਅਸੀਂ ਬਹਾਨੇ ਨੂੰ ਕਾਰਨ ਸਮਝਾਂਗੇ ਤਾਂ ਇੱਥੋਂ ਸਾਰੀ ਗੱਲ ਹੀ ਪਾਸੇ ਤਿਲਕ ਜੂਗੀ। ਸੋ ਬਹਾਨਾ ਹੋਰ ਹੁੰਦਾ, ਕਾਰਨ ਹੋਰ ਹੁੰਦਾ। ਸੋ ਇਹ ਬਹਾਨਾ ਬਣਾਇਆ ਗਿਆ ਕਿ ਦਰਬਾਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ 'ਤੇ ਹਥਿਆਰ ਜਮ੍ਹਾਂ ਕੀਤੇ ਸੰਤਾਂ ਨੇ, ਇਸ ਕਰਕੇ ਸਾਨੂੰ ਹਮਲਾ ਕਰਨਾ ਪੈ ਗਿਆ। ਈਵਨ ਕੰਵਰ ਸੰਧੂ ਨੇ ਵੀ ਇਹ ਗੱਲ ਇੱਕ ਹਿਸਾਬ ਨਾਲ ਪੁਸ਼ਟੀ ਕੀਤੀ ਹੈ ਕਿ ਕੌਮ ਨੂੰ ਇਹ ਸੋਚਣਾ ਪਊ, ਜਿਵੇਂ ਉਹਨੇ ਸ਼ਬਦ ਵੀ ਇਹ ਵਰਤਿਆ ਵੀ ਉਦੋਂ ਹਮਲੇ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਠੀਕ, ਜੇ ਆਪਾਂ ਇਹਨਾਂ ਬਹਾਨਿਆਂ 'ਤੇ ਆਈਏ, ਤੁਹਾਡੇ ਕਹਿਣ ਅਨੁਸਾਰ ਇਹ ਸਾਰੇ ਇੱਕ ਬਹਾਨੇ ਸੀ ਅਤੇ ਬਹਾਨੇ ਸਾਬਤ ਹੋਏ। ਹਾਂਜੀ, ਹੁਣ ਗੱਲ ਆਉਂਦੀ ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਕਿ ਬਹਾਨਾ ਅਤੇ ਕਾਰਨ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਹਾਂਜੀ, ਹੁਣ ਆਪਾਂ ਮੁੱਢਲੇ ਕਾਰਨ ਦੀ ਗੱਲ ਕਰੀਏ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਮੁੱਢਲਾ ਕਾਰਨ ਕੀ ਸੀ? ਜਿਸ ਤਰ੍ਹਾਂ ਪ੍ਰਚਲਿਤ ਗੱਲ ਤਾਂ ਸਿੱਖਾਂ ਦੇ ਵਿੱਚ ਵੀ ਕੁਛ ਹੱਦ ਤੱਕ ਇਹ ਹੈ ਕਿ ਉੱਥੇ ਹਥਿਆਰਾਂ ਦਾ ਹੋਣਾ ਇੱਕ ਮੁੱਢਲਾ ਕਾਰਨ ਹੈ। ਨਹੀਂ, ਦੇਖੋ ਜਦੋਂ ਤੁਸੀਂ ਜਿਹੜਾ ਫੰਡਾਮੈਂਟਲ ਕਾਰਨ ਕੀ ਹੈ ਕਿਸੇ ਵਰਤਾਰੇ ਦਾ, ਉਹ ਤੁਸੀਂ ਉਹਨੂੰ ਆਈਸੋਲੇਟ ਕਰਕੇ ਇਕੱਲੀ ਇਸ ਇੰਸੀਡੈਂਟ ਨੂੰ, ਹਮਲੇ ਨੂੰ ਦਰਬਾਰ ਸਾਹਿਬ 'ਤੇ, ਇਹਨੂੰ ਇੱਕ ਸਮੁੱਚਤਾ 'ਚ ਲਓ। ਇੱਕ ਸਿਲਸਿਲੇ ਦੀ ਕੜੀ ਹੈ ਇਹ। ਹਮਲੇ ਤੋਂ ਪਹਿਲਾਂ ਕੀ ਹੋਇਆ, ਹਮਲੇ ਤੋਂ ਬਾਅਦ ਕੀ ਹੋਇਆ, 47 ਤੋਂ ਲੈ ਕੇ ਤੂੰ ਜਿੱਥੋਂ ਤੱਕ ਵੀ, ਜੇ ਇਹਨੂੰ ਇੱਕ ਕੰਟੀਨਿਊਟੀ ਆਜ਼ਾਦੀ ਤੋਂ ਬਾਅਦ ਵੱਲ, ਹਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ, ਖਾਸ ਕਰਕੇ ਵੀ ਇਹਨੂੰ ਤੁਸੀਂ ਦੇਖੋ ਵੀ ਉਹ ਸਾਰੇ ਸਿਲਸਿਲੇ ਦੀ ਇੱਕ ਕੜੀ ਬਣਦੀ ਹੈ ਕਿ ਨਹੀਂ ਬਣਦੀ, ਇਸ ਤਰ੍ਹਾਂ ਦੇਖਣਾ ਚਾਹੀਦਾ। ਅਤੇ ਦੂਜੀ ਗੱਲ ਇਹ ਵੀ ਜਿਹੜੀ ਬਹਾਨੇ ਦੀ ਗੱਲ ਹੈ, ਪਹਿਲਾਂ ਮੈਂ ਕਿਹਾ ਬਹਾਨਾ ਕੋਈ ਨਾ ਕੋਈ ਉਹਨੇ ਬਣਾਉਣਾ ਹੁੰਦਾ ਹੈ। ਹੁਣ ਜਿਵੇਂ ਜਲ੍ਹਿਆਂ ਵਾਲੇ ਬਾਗ ਦਾ ਗੱਲ ਆਪਾਂ ਜੇ ਲੈ ਲਈਏ ਇੱਕ ਉਦਾਹਰਣ ਦੇ ਤੌਰ 'ਤੇ, ਵੀ ਜਲ੍ਹਿਆਂ ਵਾਲੇ ਬਾਗ 'ਚ ਜਿਹੜੀ ਜਨਰਲ ਡਾਇਰ ਨੇ ਫਾਇਰਿੰਗ ਕੀਤੀ, ਤੁਸੀਂ ਇਹ ਹੁਣ ਸਵਾਲ ਖੜ੍ਹਾ ਹੁੰਦਾ ਵੀ ਜੇ ਉੱਥੇ ਜਲਸਾ ਨਾ ਰੱਖਦੇ, ਠੀਕ, ਕੀ ਫਿਰ ਵੀ ਉਹਨੇ ਫਾਇਰਿੰਗ ਕਰਨੀ ਸੀ? ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਜੇ ਸੰਤ ਉੱਥੇ ਹਥਿਆਰ ਨਾ ਲੈ ਕੇ ਜਾਂਦੇ ਤਾਂ ਫਿਰ ਹਮਲਾ ਨਹੀਂ ਕਰਨਾ ਸੀ। ਸੋ ਇਹ ਜੇ ਆਪਾਂ ਕਹੀਏ ਵੀ ਜੇ ਉੱਥੇ ਜਲਸਾ ਨਾ ਹੁੰਦਾ ਜਲ੍ਹਿਆਂ ਵਾਲੇ ਬਾਗ 'ਚ, ਫਿਰ ਫਾਇਰਿੰਗ ਨਹੀਂ ਹੋਣੀ ਸੀ। ਜਿਹਦਾ ਮਤਲਬ ਇਹ ਵੀ ਜੇ ਇੱਕ ਸੰਘਰਸ਼ ਨਾ ਕਰਦੇ, ਗੌਰਮੈਂਟ ਦਾ ਵਿਰੋਧ ਨਾ ਹੁੰਦਾ ਜੀ। ਸੋ ਵਿਰੋਧ ਨੂੰ, ਸੰਘਰਸ਼ ਨੂੰ, ਉਹਨੂੰ ਚੈਲੇਂਜ, ਚੁਣੌਤੀ ਨੂੰ ਤੁਸੀਂ ਉਹਨੂੰ ਕਿੰਨਾ ਕੁ ਵਿਗਾੜ ਕੇ ਪੇਸ਼ ਕਰ ਸਕਦੇ ਹੋ ਲੋਕਾਂ 'ਚ, ਇਹ ਸੈਂਸ ਇਹ ਹੈ ਵੀ ਕਿ ਸਿੱਖ ਲੜ ਰਹੇ ਸੀ। ਜਸਪਾਲ ਸਿੰਘ ਜੀ, ਤੁਸੀਂ ਸ਼ਾਇਦ ਉਸ ਸਮੇਂ ਦਿੱਲੀ 'ਚ ਸੀ ਜਦੋਂ ਇਹ ਹਮਲਾ ਹੋਇਆ? ਨਹੀਂ, ਮੈਂ ਉੱਥੇ ਅੰਮ੍ਰਿਤਸਰ ਹੀ ਸੀ ਸਰ। ਤਾਂ ਅਤੇ ਇਹ ਜਦੋਂ ਮੀਡੀਆ ਵਿੱਚ ਉਦੋਂ ਇਹਦਾ ਜੋ ਕਾਰਨ ਦੱਸਿਆ ਗਿਆ, ਮੀਡੀਆ ਸੀ ਸਰ, ਸਾਰਾ ਮੀਡੀਆ ਨੇ, ਜਿਵੇਂ ਮੈਂ ਕਹਿ ਰਿਹਾ ਵੀ ਮੀਡੀਆ ਦੀ ਇੱਕ ਲਿਮਿਟੇਸ਼ਨ ਹੈ। ਮੀਡੀਆ ਦੇ ਵਿੱਚ ਇਸ ਨੇ ਕੰਵਰ ਸੰਧੂ ਨੇ ਬੜੇ ਜ਼ੋਰ ਸ਼ੋਰ ਕੀਤਾ। ਮੈਂ ਤੁਹਾਡੇ ਅੰਦਰ ਮੀਡੀਆ ਦੇ ਵਿੱਚ ਇਹਦੇ ਬਾਰੇ ਪਰਸੈਪਸ਼ਨ ਕੀ ਸੀਗੀ ਵੀ ਜੋ ਹੋਣ ਜਾ ਰਿਹਾ? ਦੇਖੋ ਮੀਡੀਆ ਦੇ ਬਾਰੇ ਸਾਨੂੰ ਮੀਡੀਆ ਵਿੱਚ ਬਿਲਕੁਲ 15 ਦਿਨ ਪਹਿਲਾਂ, 20 ਦਿਨ ਪਹਿਲਾਂ, ਮਹੀਨਾ ਇਹ ਸਾਰਾ ਕਲੀਅਰ ਹੋ ਗਿਆ ਸੀ। ਕਿਉਂਕਿ ਅਸੀਂ ਤਾਂ ਕਹਿੰਦੇ ਹੁੰਦੇ ਸੀ ਟੀ ਐਨ ਚਤੁਰਬੇਦੀ ਆ ਜਿਹੜਾ ਹੋਮ ਸੈਕਟਰੀ ਸੀ ਉਹ ਦਿੱਲੀਓਂ ਵਿਜਿਟ ਕਰਦਾ ਸੀ, ਉਹਨੇ ਜਨਵਰੀ 'ਚ ਵਿਜਿਟ ਕੀਤੀ, ਮਾਰਚ 'ਚ ਵਿਜਿਟ ਕੀਤੀ, ਜਦੋਂ ਵੀ ਉਹਨੇ ਦੋ ਵਾਰੀ ਇੱਥੇ ਆਇਆ, ਹਰ ਵਾਰ ਉੱਥੇ ਸਾਡੇ ਆਪਸ ਵਿੱਚ ਹੀ ਚੱਲਦਾ ਹੁੰਦਾ ਸੀ ਵੀ ਜਦੋਂ ਇਹ ਆਉਂਦਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਸਿਕਿਉਰਿਟੀ ਫੋਰਸ ਦਾ ਘੇਰਾ ਹੋਰ ਟਾਈਟ ਹੋ ਜਾਂਦਾ। ਆਰ ਐਸ ਐਸ ਦਾ ਉਹ ਬੰਦਾ ਸੀ ਪਿੱਛੇ ਤੋਂ, ਆਰ ਐਸ ਐਸ ਦਾ ਪਿੱਛੇ ਰਾਜਿਆ ਸਭਾ ਦਾ ਮੈਂਬਰ ਵੀ ਰਿਹਾ ਉਹ, ਅਤੇ ਇਸ ਕਰਕੇ ਉਹ ਜਿਹੜੇ ਜਦੋਂ ਬੰਦੇ ਆਉਂਦੇ ਸੀ ਸਾਰੇ ਇਸ ਕਿਸਮ ਦਾ ਸਾਰਾ, ਉਹ ਸਾਨੂੰ ਸਾਰਾ ਦਿਖਾਈ ਦੇ ਰਿਹਾ ਸੀ ਵੀ ਇਹ ਹੋਣ ਜਾ ਰਿਹਾ, ਹਮਲਾ ਹੋਣ ਜਾ ਰਿਹਾ। ਹਾਂ, ਮੀਡੀਆ ਨੇ ਕਿਉਂ ਨਹੀਂ ਕਵਰ ਕੀਤਾ? ਇਹ ਮੀਡੀਆ ਦੀ ਇੱਕ ਲਿਮਿਟੇਸ਼ਨ ਹੈ। ਕਿਉਂਕਿ ਕੰਵਰ ਸੰਧੂ ਨੇ ਖੁਦ ਵੀ ਕਿਹਾ ਵੀ ਮੈਂ ਦੋ ਵਾਰ ਆਪਦੇ ਡਿਸਪੈਚ ਭੇਜੇ ਸੀ ਵੀ ਆਰਮੀ ਜਾ ਰਹੀ ਹੈ 29 ਤਰੀਕ ਨੂੰ, 30 ਅਗਸਤ ਦੇ ਵਿੱਚ ਨਰਿੰਦਰ ਸ਼ਰਮਾ ਨੇ ਛਾਪੀ ਹੈ ਸਾਡੇ ਕੋਲੇ ਸਾਰੀ ਉਹ ਰਿਪੋਰਟ, ਅਸੀਂ ਕਿੰਨਾ ਚਿਰ ਰੱਖੀ ਪਰ ਉਹਦਾ ਕਿਸੇ ਨੇ ਨੋਟਿਸ ਨਹੀਂ ਲਿਆ। ਤੋ ਇਸ ਕਰਕੇ ਨੋਟਿਸ ਇੰਗਲਿਸ਼ ਪ੍ਰੈਸ ਦਾ ਹੀ ਲਿਆ ਜਾਂਦਾ, ਬਹੁਤਾ ਜ਼ਿਆਦਾ ਲਿਆ ਜਾਂਦਾ, ਅਤੇ ਇੱਕ ਪ੍ਰਾਪੋਗੰਡੇ ਦਾ ਸਾਧਨ ਵੀ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਸੀ। ਇਸ ਕਰਕੇ ਲਿਮਿਟੇਸ਼ਨ ਸੀ, ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਆਰਮੀ ਆ ਰਹੀ ਹੈ ਨਹੀਂ, ਅਸੀਂ ਕਵਰ ਕਰਦੇ ਸੀਗੇ, ਨਹੀਂ ਕੀਤਾ ਜਾਂਦਾ ਸੀਗਾ। ਠੀਕ, ਮੇਰੇ ਖਿਆਲ ਇਹਦੇ ਵਿੱਚ ਨਾ ਇੱਕ ਆਈਡੀਆਲੋਜੀਕਲ ਕੁਐਸਚਨ ਵੀ ਹੈ ਕਿ ਜਦੋਂ ਤੁਸੀਂ ਰਿਐਲਿਟੀ ਬਾਰੇ ਇੱਕ ਇਲਿਊਜ਼ਨ ਪਾਲ ਕੇ ਚੱਲਦੇ ਹੋ, ਤੁਹਾਨੂੰ ਗੱਲਾਂ ਦਿਸੀ ਵੀ ਜਾਣ ਵੀ ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ, ਅਲਟੀਮੇਟਲੀ ਕੀ ਹੋਣ ਜਾਣਾ, ਤੁਹਾਨੂੰ ਉਹ 'ਤੇ ਯਕੀਨ ਨਹੀਂ ਵੱਜਦਾ ਹੁੰਦਾ। ਕਿਉਂਕਿ ਜੋ ਤੁਸੀਂ ਇੱਕ ਰਿਐਲਿਟੀ ਬਾਰੇ ਇਲਿਊਜ਼ਨ ਇਹ ਪਾਲ ਲਿਆ ਵੀ ਇਹ ਡੈਮੋਕਰੇਟਿਕ ਕੰਟਰੀ ਹੈ, ਇੱਥੇ ਇਸ ਤਰ੍ਹਾਂ ਦਾ ਐਡਾ ਵੱਡਾ ਅਨਰਥ ਨਹੀਂ ਹੋ ਸਕਦਾ ਬਿਨਾਂ ਕਿਸੇ ਗੱਲ ਤੋਂ। ਸੋ ਇਹ ਯਹੂਦੀਆਂ ਨਾਲ ਵੀ ਇਸ ਤਰ੍ਹਾਂ ਹੋਇਆ, ਯਹੂਦੀਆਂ ਨੇ ਵੀ ਇਹ ਐਨਲਾਈਜ਼ ਕੀਤਾ ਵੀ 1934-35 ਤੋਂ ਕਾਨੂੰਨ ਬਣਨੇ ਸ਼ੁਰੂ ਹੋ ਗਏ ਜਿਹਨੂੰ ਆਰੀਅਨ ਲਾਜ਼ ਕਹਿੰਦੇ ਆ। ਇੱਕ ਬਣ ਗਿਆ, ਦੂਜਾ ਬਣ ਗਿਆ, ਸਟੈਪ ਆ ਗਏ, ਸਾਈਨਸ ਆ ਰਹੇ ਨੇ ਸਾਰੇ ਸਿਗਨਲ ਵੀ ਗੱਲ। ਕਿਉਂਕਿ ਜਿਹੜਾ ਵੀ ਹੁੰਦਾ ਇਸ ਕਿਸਮ ਦਾ ਕਤਲੇਆਮ ਉਹ ਇੱਕਦਮ ਨਹੀਂ ਹੁੰਦਾ,
प्रोग्रेशन हुंदा, बिल्डअप हो ही जाता हों, पर जे थोड़ा रियलिटी बारे इल्यूजन है तो थोड़ा दिसदा नहीं, तो ठीक इंटरप्रेट नहीं थोथो होंदिया। सो यहूदियों ने यह सिट्टा कढ़िया बाद च भी सातों ओह इस तरह भी एड्डी वड्डी गल वापर जू जर्मनी वर्गे देश च इन्ने डेमोक्रेटिक देश च। सो यह इंडियन स्टेट बारे असी जो भरम पाले भी यह एक जमहूरी राज है, धर्म निरपक्ष है, इत्थे इस किस्म की गल अज नहीं, मध युग तो किसी वेले वापर सकदियां सीगियां जां अंग्रेजां दे वेले शायद वापर जांदी, भी साडी आपदी सरकार है इस हद तक क्यों जाऊ। सो मेरा ख्याल है कि सारे सिखां वास्ते यह भी एक प्रॉब्लम सी, भावें कि जिवें प्रेस चले ने कहा, जिवें कंवर संधू ने कहा भी मैनूं लगदा सी वी आर्मी आ जू, पर आर्मी आके की करू, किस डिमेंशन ते जाके यह नहीं सी किसी नूं दस्सा बिल्कुल। ईवन मेरी गुरचरण सिंह टौड़ा नाल गल होई है, मैं थोनों बिल्कुल नहीं सी पता भी इस किस्म की गल वापर जू, वह कहें सानूं इस स्केल ते भी आ कुछ करूगी मिलटरी, भी ये सानूं किते भी साडी गिनती च नहीं सी। अच्छा एक गल इत्थे होर आ, जिस तरह तुसीं टौड़ा साहब का जिक्र किया, हाँ जी, कुछ लोगों शायद एक गल भी मशहूर सी या प्रचलित सी, हाँ जी, कि अकाली लीडरशिप नूं पहलां तों पता सी हमले बारे, इहदे च तुहानूं की लगदा कोई सच्चाई है इस गल च? नहीं, इहदे च कोई सच्चाई नहीं, यह गल कल्ली यह नहीं कही जा रही कि उन्होंने पता सी, कई तां इह कहिंदे वी उन्हां दी सहमति पहलां लै ली सी। हुण इह जिहड़ा सारा हमले दे बारे अग्ञानता चों इह गल्लां निकल रही हैं, पहली गल तो अकाली लीडरशिप उदों टोटली बेबुकती हो चुकी सी, वो तो अपनी जान बचाती फिरती सी, सहमति कोई रेलेवेंस नहीं ना बनती, उनकी सहमति की कर दूगी, जे तो उन्होंने कोई हुंदा ना भी बहुत वड्डी मास फॉलोइंगा पहला इन्हां नूं सैट करिए, नहीं तो बहुत वड्डा विरोध होगा, वह तो कुछ भी नहीं, वह तो न्यूट्रलाइज हो बैठे न। दूजी गल, हमला जिवें होया तुसीं सारा पढ़ के देखो, हुण तां दस्तावेजां बाहर आ गईआं, इंदिरा गांधी ने एक छोटे जे आपदी जुंडली तो बिना किसी नूं भी कोई पता नहीं, तो अकाली तो कि बाघ की मूली है तो किसी गिनती च ही नहीं सी। सो यह गल्लां ना प्रापे गंडे की लैवल के उत्ते चलिया, मतलब जान बुझ के भी तो माइया गई ये पिछे, चलो आप अजे इत टाइम नहीं इन्ना जी, इस परसपैक्टिव ये भी देख सकते हैं भी उदो सितंबर 1981 मेहता चौंक च संतान फंड वेले भी आर्मी के टैंकर की मंग की गई सी, जिन्होंने जनरल सिन्हा ने बड़ा दस्त ये हम बहुत हाईलाइट किया, जिस तरह ये भी सामने आ गया, सामने आ गया सारा, कि यह लगता भी उन्होंने फोर्स वरतन की बड़े जोर ना फोर्स वरतन की जी इस किस्म की इंटेंशन से बहुत पुरानी सी। एक जसपाल सिंह जी, हम एक लीडरशिप की अकाली लीडरशिप की गल आई है, जो बलवंत सिंह रामूवालिया का बयान है जो हाल ही टीवी से डॉक्यूमेंट्री सामने आया, वो की सार्थकता जो बिल्कुल पोलीटिकली इस मौके मुताबिक सोचा वा सारा वो बयान है। पहली गल तो वह संत कदे भी जां संतां दे आले दुआले सारा जथा दमदमी टक जिहड़ी 3 जून नूं इंटरव्यू गल करदा ओह काफ़ी देर तो उन्हां नूं नेड़े दे नहीं सी लगन दिंदे, कोई जाण नहीं सी दिंदे, कोई उहदे नाल कोई वार्तालाप नहीं सी किसी लैवल की, ना यह तो सवाल ही नहीं पैदा हुंदा। 3 तरीक नूं असी पत्रकारां दी 4-5 पत्रकारां दी असी टोली संतां नूं मिल के आए हां दुपहर दे टाइम, ते उस वेले थोड़ा चिर का करफ्यू रिलैक्स होया सी, उस च असी बाहर आ गए, 3 जून असी भी मुलाकात करके आए, साढ़े पिछों एक टाइम्स ऑफ इंडिया का सुभाष कृपेकर क्लेम करता भी मैं लास्ट च मिले 6 बजे, तो असी उहदे क्लेम नूं नहीं बारे नहीं कह सकते कुछ, पर कितें भी अज तक यह गल नहीं आई भी लंडन तो एक पत्रकारां दी टीम आई तो उस नूं इंटरप्रेटर के तौर पर बलवंत सिंह नूं बुलाया गया, क्योंकि उस वेले हरमिंदर संधू भी उत्थे मौजूद सी, उन्हें बुलाया जा सकता है, जिहड़ा हमेशा इंटरप्रेटर का काम करता हुंदा सी, इस करके सारा झूठ कनकॉक्टेड है, झूठ है, रामूवालिया कर सकता है, रामू कैपेसिटी है भी इस किस्म की कहानी बना सकता है। ठीक, आप हुण मुड़ के अपने कारण ते ही आउने, जिस तरह अपनी सरदार अजमेर सिंह होना ने कहा कि तुसीं आइसोलेशन च नहीं देख सकते इस घटना, तुसीं इहदे बारे की कहना चाहो? मैं तो कहना भी यह जिवें इन्होंने पहला भी कहा अजमेर सिंह ने भी यह 47 तो ही गल शुरू हुई है, सिख टारगेट होया, नेशन स्टेट बनाउण दा जदों दा प्रोजैक्ट सारा इत्थों दी इंडियन रूलिंग क्लास ने शुरू करता, उस नेशन स्टेट का जिहड़ा बेस है उहदा जिहड़ा हिंदू इतिहास ते हिंदू बहुत गिणती मजोरिटी नेशन स्टेट का बेस बना लिया, उदों वेले ही यह जिहड़ी मनोरिटी है जिहड़ी उह अटैक थले टारगेट हो गई सीगी, इसे करके हमेशा ही टारगेट रही, उस तो पिछों टारगेट ले, स्ट्रगल का कारण भी जिहड़ा लंबा चौड़ा इहदा अपने पंजाबी सूबे की स्ट्रगल 16 साल की तो होर सारिया जिहड़ियां स्ट्रगल रही है, उहदा कारण भी यही सी भी उदों तो ही इन्होंने टारगेट किया वा सीगा,
ਤੇ ਇਸ ਕਰਕੇ ਉਹਦੇ ਵਿੱਚੋਂ ਸਰਦਾਰ ਜਿਸ ਕਿਸਮ ਦੀ ਦੇਖੋ ਇਹ ਘਟਨਾ ਵਾਪਰੀ ਹੈ ਨਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਇਹ ਕੋਈ ਛੋਟੀ ਕਾਰਵਾਈ ਨਹੀਂ ਮਤਲਬ ਆਰਡੀਨਰੀ ਨਹੀਂ ਇਹ ਗੱਲ ਮੂਵੀ ਸੋ 219 ਸਾਲਾਂ ਬਾਅਦ ਜਾ ਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹ 219 ਸਾਲਾਂ 'ਚ ਅਸੀਂ ਕੋਈ ਆਜ਼ਾਦ ਨਹੀਂ ਰਹੇ ਠੀਕ ਆਜ਼ਾਦੀ ਦਾ ਤਾਂ ਸਾਡਾ ਖਾਲਸਾ ਰਾਜ ਦਾ ਪੀੜ ਥੋੜ੍ਹਾ ਹੈ ਹੁਣ ਇਸ ਤਰ੍ਹਾਂ ਦੀ ਜਦੋਂ ਐਡੀ ਵੱਡੀ ਘਟਨਾ ਵਾਪਰਦੀ ਆ ਉਹਦਾ ਕੋਈ ਕਾਰਨ ਵੀ ਛੋਟਾ ਨਹੀਂ ਹੋ ਠੀਕ ਹੈ ਨਾ ਉਹ ਕਾਰਨ ਵੀ ਕੋਈ ਵੱਡਾ ਹੋ ਅਤੇ ਇਹ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਜੇ ਤੁਸੀਂ ਇਤਿਹਾਸ ਨੂੰ ਦੇਖੋ ਜਦੋਂ ਇਸ ਸਕੇਲ 'ਤੇ ਗੱਲ ਵਾਪਰਦੀ ਹੈ ਕਿਤੇ ਜਾ ਕੇ ਕਤਲੇਆਮ ਕਿਸੇ ਇੱਕ ਕਮਿਊਨਿਟੀ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਉਹਦੇ 'ਚ ਕਿਸੇ ਇਕੱਲੇ ਕਿਸੇ ਇੰਡੀਵਿਜੁਅਲ ਦਾ ਫੈਸਲਾ ਨਹੀਂ ਹੁੰਦਾ ਇਹ ਇਟ ਸ਼ੁੱਡ ਬੀ ਸੀਨ ਐਜ ਏ ਰਿਸਪੋਂਸ ਆਫ ਦੀ ਨੇਸ਼ਨ ਸਟੇਟ ਇੱਕ ਸਿਚੁਏਸ਼ਨ ਪੈਦਾ ਹੋ ਗਈ ਹੁਣ ਇਹ ਨੇਸ਼ਨ ਸਟੇਟ ਕੀ ਹੈ ਵੀ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਸਿੰਗਲ ਨੇਸ਼ਨ ਬਣਾਉਣੀ ਹੈ ਸਿੰਗਲ ਨੇਸ਼ਨ ਦੀ ਸ਼ਰਤ ਇਹ ਹੈ ਕਿ ਕਲਚਰਲ ਯੂਨੀਫਾਰਮਿਟੀ ਜਿਹੜਾ ਇਹ ਕਹਿੰਦਾ ਮੈਂ ਅਲੱਗ ਮੇਰੀ ਆਈਡੈਂਟੀ ਹੈ ਆਈਡੈਂਟੀ ਵੀ ਹੈ ਵੀ ਸੁਤੰਤਰਤਾ ਵੀ ਮੈਂ ਕਿਸੇ ਦੀ ਸੋਵਰਨਟੀ ਉਹ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਨੀ ਹੁਣ ਨੇਸ਼ਨ ਸਟੇਟ ਇਸ ਤਰ੍ਹਾਂ ਦੀ ਹੁਕਮ ਅਦੂਲੀ ਨਹੀਂ ਕਬੂਲ ਕਰੂਗੀ ਸੋ ਉਹਨਾਂ ਨੇ ਸਿੱਖ ਕੌਮ ਨੂੰ ਇਸ ਪੈਂਤੜੇ 'ਤੇ ਲਿਆਉਣਾ ਸੀ ਲਿਆਏ ਸੀ ਜਿਹੜੀ ਅਸੀਂ ਕਹਿੰਦੇ ਨਾ ਕਲਚਰਲ ਇੰਜੀਨੀਅਰਿੰਗ ਅਤੇ ਮਾਇੰਡ ਇੰਜੀਨੀਅਰਿੰਗ ਰਾਹੀਂ ਠੀਕ ਇੱਕ ਬਹੁਤ ਵੱਡੇ ਹਿੱਸੇ ਨੂੰ ਉਹਨਾਂ ਨੇ ਆਪਦੇ ਨਾਲ ਇੰਟੈਗਰੇਟ ਕਰ ਲਿਆ ਉਹਨਾਂ ਨੇ ਸਾਰਾ ਫਲਸਫਾ ਇੰਟਰਨਲਾਈਜ਼ ਕਰ ਲਿਆ ਸੀ ਪਰ ਫਿਰ ਵੀ ਸਿੱਖ ਕੌਮ ਦੀ ਜਿਹੜੀ ਕੇਂਦਰੀ ਧਾਰਾ ਹੈ ਉਹ ਇਸ ਗੱਲ 'ਤੇ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ ਕਿ ਗੁਰੂ ਨੇ ਸਾਨੂੰ ਸਾਜੇ ਹੀ ਇੱਕ ਸੋਬਰਨ ਕੌਮ ਦੇ ਤੌਰ 'ਤੇ ਹੈ ਸੋ ਇਹ ਮੇਰਾ ਖਿਆਲ ਹੈ ਕਿ ਜਦੋਂ ਅਸੀਂ ਬੁਨਿਆਦੀ ਕਾਰਨ ਕੀ ਹੈ ਉਹ ਇਹ ਹੈ ਕਿ ਸਿੱਖਾਂ ਦੇ ਮਾਣ ਸ਼ਾਨ ਅਤੇ ਯਕੀਨ ਨੂੰ ਪੂਰਾ ਜੜੋਂ ਖੇਡਦਾ ਵੀ ਤਾਂ ਕਿ ਇਹ ਕਦੇ ਵੀ ਰਜਿਸਟ ਨਾ ਕਰ ਸਕਣ ਇਹਨਾਂ ਦੇ ਮੂੰਹਾਂ 'ਚੋਂ ਇਹ ਗੱਲ ਨਾ ਨਿਕਲ ਸਕੇ ਜਿਵੇਂ ਇੱਕ ਹਿੰਦੀ ਦੇ ਅਖਬਾਰ ਨੇ ਉਰਦੂ ਦਾ ਅਖਬਾਰ ਦੋਵਾਂ ਦਾ ਉਹਨੇ 84 ਤੋਂ ਬਾਅਦ ਮਤਲਬ ਆਪਦਾ ਸੰਪਾਦਕੀ ਲਿਖਿਆ ਸੀ ਵੀ ਜਿਹੜੀਆਂ ਜੀਭਾਂ ਰਾਜ ਕਰੇਗਾ ਖਾਲਸਾ ਕਹਿੰਦੀਆਂ ਉਹ ਜੀਭਾਂ ਕੱਟ ਦਿਓ ਠੀਕ ਉਹਨੇ ਤਾਂ ਇਹ ਗੱਲ ਜ਼ਿਆਦਾ ਕਰੂਡ ਫਾਰਮ 'ਚ ਕਹਿਤੀ ਪਰ ਨੇਸ਼ਨ ਸਟੇਟ ਦਾ ਰਿਸਪੋਂਸ ਇਹੀ ਹੁੰਦਾ ਕਿ ਜਿਹੜਾ ਸਾਡੀ ਅਥਾਰਟੀ ਨੂੰ ਚੈਲੇਂਜ ਕਰਦਾ ਕਿਸੇ ਵੀ ਰੂਪ 'ਚ ਸੋ ਇਹ ਇੱਥੇ ਗੱਲ ਜਾਇਜ਼ ਹੈ ਕਿ ਇੱਕ ਅਖਬਾਰ ਦੇ ਆਰਟੀਕਲ ਨੂੰ ਆਪਾਂ ਇੱਕ ਸਮੂਹਕ ਜਿਹੜੀ ਸੋਚ ਆ ਉਹਨੂੰ ਕਹਿ ਸਕੀਏ ਕਿ ਉਹਦੀ ਤਰਜਮਾਨੀ ਕਰਦਾ ਹਾਂ ਮੈਂ ਦੱਸਦਾ ਕਿਵੇਂ ਹਾਂਜੀ ਸਮਝ ਲਓ ਭਾਵੇਂ ਦੋ ਬੰਦਿਆਂ ਨੇ ਕੋਈ ਕਾਰਵਾਈ ਕੀਤੀ ਹੋਵੇ ਠੀਕ ਜਿਵੇਂ ਮਿਠਾਈਆਂ ਵੰਡਣ ਵਾਲੀ ਗੱਲ ਵੀ ਹੈ ਠੀਕ 10 ਹਿੰਦੂਆਂ ਨੇ ਵੀ ਵੰਡਤੀ ਹੋਵੇ ਬਾਕੀ ਹਿੰਦੂ ਸੁਸਾਇਟੀ ਦਾ ਉਹਦੇ ਪ੍ਰਤੀ ਰਿਸਪੋਂਸ ਕੀ ਹੈ ਜੇ ਤਾਂ ਉਦੋਂ ਬਾਅਦ ਇਸ ਐਡੀਟੋਰੀਅਲ ਤੋਂ ਬਾਅਦ 20 ਆਵਾਜ਼ਾਂ ਉੱਠ ਖੜੀਆਂ ਹੁੰਦੀਆਂ ਹਿੰਦੂ ਉਸਦੇ ਖਿਲਾਫ ਉਹਦੇ ਖਿਲਾਫ ਠੀਕ ਫਿਰ ਅਸੀਂ ਕਹਿ ਸਕਦੇ ਹਾਂ ਉਹ ਰਿਪ੍ਰੈਜੈਂਟੇਟਿਵ ਨਹੀਂ ਸੋ ਇੱਕ ਬੰਦੇ ਭਾਵੇਂ ਇੱਕੋ ਬੰਦਾ ਬੋਲ ਰਿਹਾ ਜੇ ਬਾਕੀ ਸੁਸਾਇਟੀ ਉਹਨੂੰ ਪ੍ਰਵਾਨਗੀ ਦੇ ਰਹੀ ਹੈ ਹਾਮੀ ਭਰ ਰਹੀ ਹੈ ਸੋ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਬੋਲਦੇ ਤਾਂ ਥੋੜੇ ਬੰਦੇ ਹੀ ਹੁੰਦੇ ਨੇ ਥੋੜਾ ਬੋਲਦੀ ਹੈ ਸਾਇਲੈਂਟ ਐਕਸੈਪਟੈਂਸ ਉਹਦੇ ਰਿਐਕਸ਼ਨ 'ਚੋਂ ਉਹਦੇ ਰਿਸਪੋਂਸ 'ਚੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਕਬੂਲ ਕੀਤਾ ਜਾ ਰਿਹਾ ਕਿ ਨਹੀਂ ਹੁਣ ਜਿਵੇਂ ਸਿੱਖਾਂ 'ਚ ਹੈ ਆਪਾਂ ਜਿੱਥੇ ਇਨੋਸੈਂਟ ਕਿਲਿੰਗ ਹੁੰਦੀ ਹੈ ਸਿੱਖਾਂ ਦੇ ਵਿੱਚੋਂ ਕਿੰਨੀ ਆਵਾਜ਼ ਉੱਠਦੀ ਹੈ ਵੀ ਇਹ ਸਿੱਖ ਦਾ ਧਰਮ ਨਹੀਂ ਠੀਕ ਹੁਣ ਗੁਜਰਾਤ 'ਚ ਹੋਇਆ ਦਿੱਲੀ 'ਚ ਹੋਇਆ ਹਿੰਦੂ ਸੁਸਾਇਟੀ 'ਚੋਂ ਕਿੰਨੀ ਕੁ ਆਵਾਜ਼ ਉੱਠੀ ਔਰਗੇਨਾਈਜ਼ਡ ਵੀ ਹਿੰਦੂ ਦਾ ਧਰਮ ਨਹੀਂ ਠੀਕ ਹੈ ਨਾ ਇਸ ਕਰਕੇ ਕਿਸੇ ਕਮਿਊਨਿਟੀ ਦੇ ਕੀ ਐਥੋਸ ਹੈ ਕੀ ਉਹਦੇ ਸਾਰੀਆਂ ਵੈਲਿਊ ਸਿਸਟਮ ਹੈ ਉਹਦੇ ਨਿੱਤ ਦੇ ਕੰਡਕਟ 'ਚੋਂ ਰੂਪਮਾਨ ਹੁੰਦਾ ਰਹਿੰਦਾ ਇੱਕ ਗੱਲ ਇੱਥੇ ਹੋਰ ਹੈ ਅਜਮੇਰ ਸਿੰਘ ਜੀ ਹਾਂਜੀ ਜਿਸ ਤਰ੍ਹਾਂ ਤੁਸੀਂ ਕਾਰਨਾਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਹੈ ਫੌਜ ਨੇ ਜਿਸ ਤਰ੍ਹਾਂ ਜੋ ਸਮਾਂ ਚੁਣਿਆ ਜਿਸ ਤਰ੍ਹਾਂ ਕੰਵਰ ਸੰਧੂ ਨੇ ਵੀ ਕਾਫੀ ਉਠਾਇਆ ਕਿ ਇਹ ਸਮਾਂ ਕਿਉਂ ਚੁਣਿਆ ਫਿਰ ਲੋਕਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ ਉਸ ਤੋਂ ਇਲਾਵਾ ਅਨਾਊਂਸਮੈਂਟਾਂ ਵੀ ਇੰਨੀ ਦੂਰ ਕੀਤੀਆਂ ਗਈਆਂ ਜਿਸ ਤਰ੍ਹਾਂ ਔਲਖ ਨੇ ਵੀ NPS ਔਲਖ ਨੇ ਵੀ ਸਪਸ਼ਟ ਕੀਤਾ ਕਿ ਅਨਾਊਂਸਮੈਂਟਾਂ ਨਹੀਂ ਸੁਣਦੀਆਂ ਸੀ ਇਹ ਜਾਣਬੁੱਝ ਕੇ ਕੀਤਾ ਗਿਆ ਇਹਦਾ ਕੀ ਕਾਰਨ ਹੈ ਜਾਣਬੁੱਝ ਕੇ ਦੇਖੋ ਜਿਹੜਾ ਇਹ ਹੈ ਨਾ ਵੀ ਦਿਨ ਉਹ ਕਿਉਂ ਚੁਣਿਆ ਤਾਕਤ ਦੀ ਏਦੋਂ ਘੱਟ ਵਰਤੋਂ ਨਾਲ ਸਰ ਸਕਦਾ ਸੀ ਇਹ ਗੱਲਾਂ ਕਿੱਥੋਂ ਨਿਕਲ ਰਹੀਆਂ ਜਦੋਂ ਤੁਸੀਂ ਸਮਝ ਨਹੀਂ ਰਹੇ ਉਹ ਦੇਸ਼ ਕੀ ਹਾਸਲ ਕਰਨਾ ਚਾਹੁੰਦੇ ਨੇ ਹੁਣ ਜਨਰਲ ਡਾਇਰ ਹੈ ਇੰਨੀਆਂ ਗੋਲੀਆਂ ਹੱਥੇ ਬੰਦਿਆਂ 'ਤੇ ਮਾਰਨ ਦੀ ਲੋੜ ਨਹੀਂ ਸੀ ਉਹਨੂੰ ਠੀਕ ਕਿਉਂ ਮਾਰੀਆਂ ਵੀ ਤਾਂ ਕਿ ਇਹਨਾਂ ਨੂੰ ਟੈਰਰ ਕ੍ਰੀਏਟ ਕਰ ਲਓ ਵੀ ਸਟੇਟ ਨਾਲ ਪੰਗਾ ਲਓਗੇ ਤਾਂ ਆਹ ਹਸ਼ਰ ਹੋ ਉਹਨੇ ਹਰ ਸਟੇਟ ਦਾ ਉਹਨੇ ਲਿਖਤੀ ਰੂਪ 'ਚ ਵੀ ਕਿਹਾ ਉਹਨੇ ਲਿਖਤੀ ਰੂਪ 'ਚ ਮੈਂ ਟੈਰਰ ਇਸ ਤਰ੍ਹਾਂ ਤੁਸੀਂ ਇਹਨੂੰ ਉਹਦੇ ਨਾਲ ਕੰਪੇਅਰ ਕਰ ਰਹੇ ਹੋ ਹਾਂਜੀ ਜਲਿਆਂਵਾਲੀ ਬਾਗ ਦੀ ਘਟਨਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹਾਂਜੀ ਹਾਂਜੀ ਤੁਸੀਂ ਆਪ ਕਿਹਾ ਕਿ ਨਿਹੱਥੇ ਲੋਕ ਸੀਗੇ ਹਾਂਜੀ ਪਰ ਇੱਥੇ ਜੋ ਅਕਾਲ ਤਖਤ ਸਾਹਿਬ ਦੇ ਅੰਦਰ ਜੋ ਸਿੱਖ ਸੀਗੇ ਭਾਰੀ ਹਥਿਆਰਾਂ ਨਾਲ ਮੈਂ ਕਹਿੰਦਾ ਇਹ ਗੱਲ ਦਾ ਕੋਈ ਇਹ ਸੈਕੰਡਰੀ ਗੱਲ ਹੈ ਵੀ ਤੁਹਾਡੇ ਕੋਲ ਹਥਿਆਰ ਹੈ ਕਿ ਨਹੀਂ ਗੱਲ ਤਾਂ ਤੁਸੀਂ ਸਟੇਟ ਨੂੰ ਚੈਲੇਂਜ ਕਰ ਰਹੇ ਹੋ ਭਾਵੇਂ ਨਾਰਾ ਮਾਰ ਕੇ ਕਰ ਦਿਓ ਭਾਵੇਂ ਭੁੱਖ ਹੜਤਾਲ ਹੀ ਕਰ ਦਿਓ ਗੱਲ ਤਾਂ ਸਟੇਟ ਨੂੰ ਚੈਲੇਂਜ ਕਰ ਰਹੇ ਹੋ ਨਾ ਉਹ ਹਿਸਾਬ ਦੀ ਉਹ ਵਰਤੋਂ ਕਰ ਲੂ ਹੁਣ ਉਹਨਾਂ ਨੇ ਤਾਂ 7 ਬੰਦਿਆਂ ਨੇ ਆ ਕੇ ਗੋਲੀਆਂ ਚਲਾ ਤੀਆਂ ਟੈਰਰਾਈਜ਼ ਕਰ ਲਿਆ ਇਹਨਾਂ ਨੇ ਤੂੰ ਦੇਖੋ ਨਾ ਕਿੰਨੀ ਵੱਡੀ ਪੱਧਰ 'ਤੇ ਮੋਬਲਾਈਜੇਸ਼ਨ ਕੀਤੀ ਅਤੇ ਕਿਸ ਕਿਸਮ ਦਾ ਭਿਅੰਕਰ ਦੁਨੀਆ ਦੇ ਇਤਿਹਾਸ 'ਚ ਕਿਤੇ ਵੀ ਇੰਨੀ ਬੇਮੇਚੀ ਟਿਕ ਟੱਕਰ
ਵੀ ਇੱਕ ਲਿਮਿਟਡ ਏਰੀਏ 'ਚ ਮੁੱਠੀ ਭਰ ਬੰਦੇ ਲੜ ਰਹੇ ਨੇ ਅਤੇ ਤੁਹਾਨੂੰ ਉੱਥੇ ਮਤਲਬ ਐਡੇ ਐਡੇ ਤੋਪਾਂ ਦੇ ਗੋਲੇ ਵਰਸਾਉਣੇ ਪੈ ਜਾਣ ਸੋ ਇਸ ਤਾਕਤ ਦੀ ਜਿਹੜੀ ਵਰਤੋਂ ਹੈ ਉਹ ਇਹਨਾਂ ਨੇ ਇਸੇ ਕੀਤੀ ਹੈ ਉਹ ਦਿਨ ਚੁਣਿਆ ਮਿਥਕੇ ਚੁਣਿਆ ਕੋਈ ਇਹੋ ਜਿਹੇ ਇਗਨੋਰੈਂਟ ਨਹੀਂ ਸੀਗੇ ਵੀ ਉਹਨਾਂ ਨੂੰ ਇਹ ਨਾ ਪਤਾ ਹੋਵੇ ਅਤੇ ਜਿਹੜੇ ਤੁਸੀਂ ਕਹਿੰਦੇ ਅਨਾਊਂਸਮੈਂਟ ਉਹ ਨਹੀਂ ਸੀ ਚਾਹੁੰਦੇ ਵੀ ਇੱਥੋਂ ਲੋਕ ਨਿਕਲ ਜਾਣ ਉਹਨਾਂ ਨੇ ਲਾਰਜ ਸਕੇਲ ਕਿਲਿੰਗ ਕਰਨੀ ਸੀ ਹਰ ਹਰ ਸਟੇਟ ਐਂ ਕਰਦੀ ਹੈ ਤੋ ਤਾਂ ਜਿਵੇਂ ਆਸ਼ੀਸ਼ ਨੰਦ ਨੇ ਲਿਖਿਆ ਵੀ ਸਟੇਟ ਫਾਰਮੇਸ਼ਨ ਐਂਡ ਨੇਸ਼ਨ ਬਿਲਡਿੰਗ ਆਰ ਐਵਰੀਵੇਅਰ ਇੱਕ ਕ੍ਰਾਈਮ ਐਂਟਰਪ੍ਰਾਈਜ਼ ਆਫ ਬੀਬੀ ਪ੍ਰੀਤਮ ਕੌਰ ਨੇ ਵੀ ਰਿਛਪਾਲ ਸਿੰਘ ਦੀ ਵਾਈਫ ਨੇ ਸੰਤਾਂ ਦੀ ਪੀ ਰਿਛਪਾਲ ਸਿੰਘ ਉਹਨਾਂ ਦੀ ਵਾਈਫ ਉਹਨੇ ਠੀਕ ਕਿਹਾ ਵੀ ਜਦੋਂ ਪਹਿਲੀ ਤਰੀਕ ਨੂੰ ਇਹਦੇ ਵਿੱਚ ਡਾਕੂਮੈਂਟਰੀ 'ਚ ਪਹਿਲੀ ਤਰੀਕ ਨੂੰ ਤੁਸੀਂ ਟੈਸਟ ਫਾਇਰ ਕਰ ਲਏ 11 ਬੰਦੇ ਮਾਰੇ ਗਏ ਉਸ ਦਿਨ ਠੀਕ ਅਤੇ ਘੱਟੋ ਘੱਟ 6-7 ਘੰਟੇ ਗੋਲੀ ਲਗਾਤਾਰ ਚਲਾਈ ਉਹ ਟੈਸਟ ਫੇਅਰ ਵਿੱਚ ਅੰਦਰੋਂ ਟੈਸਟ ਫਾਇਰ ਦੇ ਵਿੱਚ ਅੰਦਰੋਂ ਕੀ ਰਿਸਪੋਂਸ ਹੈ ਤੁਸੀਂ ਇਹ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਸੀ ਪਾਸਿਆਸ ਵਾਲੇ ਸਿਕਿਉਰਿਟੀ ਫੋਰਸਿਸ ਨੇ ਉਦੋਂ ਬਾਅਦ ਤੁਹਾਨੂੰ ਪਤਾ ਸੀ ਵੀ ਤੀਸਰੇ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ ਜਦੋਂ ਉਹ ਪ੍ਰੋਸੈਸ ਤਾਂ ਤੁਸੀਂ ਸ਼ੁਰੂ ਕੀਤਾ ਸੀਗਾ ਇਸ ਕਰਕੇ ਲੋਕਾਂ ਨੂੰ ਆਉਣ ਦਿੱਤਾ ਗਿਆ ਜਾਣ ਬੁੱਝ ਕੇ ਤਾਂ ਕਿ ਉੱਥੇ ਵੱਡਾ ਇਕੱਠ ਹੋ ਜਾਵੇ ਅਤੇ ਉਹਦੇ 'ਤੇ ਜਦੋਂ ਤੁਹਾਨੂੰ ਉਦੇਸ਼ ਨਹੀਂ ਨਾ ਸਮਝ ਆਊ ਵੀ ਕੀ ਕਰਨਾ ਚਾਹੁੰਦੇ ਨੇ ਹਮਲਾ ਕਰਕੇ ਫਿਰ ਇਹ ਗੱਲਾਂ ਨਿਕਲਦੀਆਂ ਆਹ ਦਿਨ ਨਹੀਂ ਸੀ ਚੁਣਨਾ ਚਾਹੀਦਾ ਇੰਨੀ ਤਾਕਤ ਦੀ ਵਾਧਵੀ ਇਹ ਕੰਵਰ ਸੰਧੂ ਦੀ ਸਾਰੀ ਜਿਹੜੀ ਹੈ ਨਾ ਵੀ ਇਸ ਤਰ੍ਹਾਂ ਕਰ ਲੈਂਦੇ ਟੈਕਨੀਕੈਲਿਟੀਜ਼ ਇਟ ਇਜ਼ ਨਾਟ ਏ ਟੈਕਨੀਕਲ ਇਹਨੂੰ ਇਸ ਤਰ੍ਹਾਂ ਵੈਲੂਏਟ ਕਰਨ ਦੀ ਲੋੜ ਨਹੀਂ ਤੁਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਓਬਜੈਕਟਿਵ ਕੀ ਆ ਉਹਨਾਂ ਦਾ ਹਮਲੇ ਜੇ ਓਬਜੈਕਟਿਵ ਸਮਝ ਨਹੀਂ ਆਊਗਾ ਤੁਹਾਨੂੰ ਇੱਕ ਉਹੀ ਗੱਲ ਸਮਝ ਨਹੀਂ ਆਊਗਾ ਤੋ ਇਸ ਉਸ ਓਬਜੈਕਟਿਵ 'ਚੋਂ ਨਿਕਲਦਾ ਸੀ ਵੱਧ ਤੋਂ ਵੱਧ ਗਿਣਤੀ 'ਚ ਲੋਕ ਉੱਥੇ ਹੋਣ ਵੱਧ ਤੋਂ ਵੱਧ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਜਾਵੇ ਅਤੇ ਤਾਂ ਕਿ ਉਹਨਾਂ ਨੂੰ ਜ਼ਿੰਦਗੀ ਭਰ ਵਾਸਤੇ ਵੀ ਟੈਰਰਾਈਜ਼ ਕੀਤਾ ਜਾਵੇ ਇੱਕ ਗੱਲ ਇੱਥੇ ਸਰਦਾਰ ਅਜਮੇਰ ਸਿੰਘ ਜੀ ਇਹ ਵੀ ਹੈ ਕਿ ਫੌਜ ਵੱਲੋਂ ਵੀ ਉਹ ਸਥਾਨ ਇਸ ਕਰਕੇ ਚੁਣਿਆ ਗਿਆ ਕਿਉਂਕਿ ਉਸ ਸਥਾਨ 'ਤੇ ਸੰਤ ਜਰਨੈਲ ਸਿੰਘ ਮੌਜੂਦ ਸੀ ਹਾਂਜੀ ਉਸ ਸਥਾਨ 'ਤੇ ਹਥਿਆਰ ਮੌਜੂਦ ਸਨ ਇਸ ਤੋਂ ਇਲਾਵਾ ਐਡੀ ਪੱਧਰ 'ਤੇ ਹੋਰ ਪਹਿਲਾਂ ਵੀ ਸਿੱਖਾਂ ਨੇ ਕਈ ਮੁਜ਼ਾਹਰੇ ਕੀਤੇ ਨੇ ਜਾਂ ਮੋਰਚੇ ਚੱਲੇ ਨੇ ਕਦੀ ਵੀ ਇਸ ਤਰ੍ਹਾਂ ਦਾ ਨਹੀਂ ਸਾਹਮਣੀ ਆਈ ਗੱਲ ਨਹੀਂ ਦੇਖੋ ਜਿਹੜੀ ਵੀ ਸਿੱਖਾਂ ਦੀ ਜੱਦੋ ਜਹਿਦ ਹੈ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਬਾਅਦ 'ਚ ਵੀ ਹਰ ਇੱਕ 'ਤੇ ਬਹੁਤ ਵਾਧਵੀਂ ਵਰਤੋਂ ਹੋਈ ਹੈ ਪੰਜਾਬੀ ਸੂਬੇ ਦੇ ਸ਼ਾਇਦ ਤੁਹਾਨੂੰ ਇਤਿਹਾਸ ਦਾ ਪੂਰਾ ਪਤਾ ਨਹੀਂ ਹੋਣਾ ਪੰਜਾਬੀ ਸੂਬੇ ਦੀ ਸਟਰਗਲ ਟੋਟਲੀ ਪੀਸਫੁੱਲ ਸੀ ਕਿਤੇ ਵੀ ਕੋਈ ਹਿੰਸਾ ਦੀ ਵਾਰਦਾਤ ਨਹੀਂ ਸੀ ਤੁਹਾਨੂੰ ਪਤਾ ਕਿੰਨੇ ਬੰਦੇ ਮਰੇ ਨੇ ਬਠਿੰਡਾ ਜੇਲ੍ਹ ਦੇ ਵਿੱਚ 9 ਸਾਲ ਦੇ ਬੱਚੇ ਤੱਕ ਗੋਲੀਆਂ ਮਾਰ ਕੇ ਫੂਹ ਸੁੱਟੇ ਗਏ ਸੋ ਐਟੀਚਿਊਡ ਤਾਂ ਇਹੀ ਰਿਹਾ ਇਹ ਹੈ ਵੀ ਜਿਸ ਫਾਰਮ 'ਚ ਤੁਸੀਂ ਚੈਲੇਂਜ ਕਰੋਗੇ ਉਸੇ ਫਾਰਮ 'ਚ ਉਹ ਉਸੇ ਮਾਤਰਾ 'ਚ ਉਸੇ ਪ੍ਰਪੋਰਸ਼ਨ 'ਚ ਤੁਹਾਨੂੰ ਉਹ ਡੋਜ਼ ਕਹਿ ਲਓ ਠੀਕ ਉਹ ਦਿੰਦੇ ਨੇ ਵੀ ਤਾਂ ਕਿ ਇਹ ਗਾਹਾਂ ਨੂੰ ਇਹ ਨਾ ਕਰਨ ਜਿਹੜਾ ਇਹ ਚੈਲੇਂਜ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਲੱਖਣ ਤਾਂ ਇਹ ਸੀ ਵੀ ਇਸ ਕਿਸਮ ਦਾ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ 18ਵੀਂ ਸਦੀ ਤੋਂ ਬਾਅਦ ਔਰਗੇਨਾਈਜ਼ਡ ਅਤੇ ਇੰਨਾ ਡੇਅਰਿੰਗ ਜਿਹੜਾ ਹੈਗਾ ਇਹ ਪਹਿਲੀ ਵਾਰ ਹੋਇਆ ਸੋ ਇਹਦੇ ਵਿੱਚ ਤਾਂ ਸਾਨੂੰ ਇਹ ਮਤਲਬ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਸ ਕਿਸਮ ਦਾ ਅਤੇ ਇਹਦੇ 'ਚ ਇਹ ਨਹੀਂ ਵੀ ਸੰਤਾਂ ਨੇ ਗਲਤੀ ਕੀਤੀ ਸੋ ਇਹਨੂੰ ਦੇਖਣ ਵਾਲੇ ਬੰਦੇ ਇਸ ਤਰ੍ਹਾਂ ਵੀ ਦੇਖਦੇ ਨੇ ਮਤਲਬ ਜੇ ਉਹ ਨਾ ਕਰਦੇ ਮੈਂ ਤਾਂ ਉਹੀ ਗੱਲ ਕਹਿਣਾ ਵੀ ਜਿਹੜਾ ਇਹ ਵਾਕ ਜਲਸਾ ਨਾ ਕਰਦੇ ਤਾਂ ਕੁਛ ਨਹੀਂ ਸੀ ਹੋਣਾ ਸੋ ਜਦੋਂ ਸਟਰਗਲ ਕਰੋਗੇ ਨਾ ਸਟਰਗਲ ਦੀ ਫਾਰਮ ਬਾਰੇ ਬਹਿਸ ਕਰੋ ਹਾਂ ਮੈਂ ਇੱਕੋ ਗੱਲ ਹੋਰ ਕਹਿੰਦਾ ਸੀ ਜਿਹੜੀ ਇਹ ਗੱਲ ਕਹਿਣੀ ਕਿ ਦਰਬਾਰ ਇੱਕ ਧਾਰਮਿਕ ਸਥਾਨ 'ਚ ਹਥਿਆਰ ਲੈ ਕੇ ਜਾਣੇ ਇਹ ਕਿੰਨੇ ਕੁ ਜਾਇਜ਼ ਨੇ ਦੋ ਗੱਲਾਂ ਉਹਨਾਂ ਨੇ ਕਹੀਆਂ ਇਹ ਇੱਕ ਧਾਰਮਿਕ ਸਥਾਨ 'ਚ ਇੱਕ ਡੈਮੋਕ੍ਰੈਟਿਕ ਰਿਪਬਲਿਕ ਠੀਕ ਇਹਨਾਂ ਦੋਹਾਂ ਗੱਲਾਂ ਨੂੰ ਜੇ ਤੁਸੀਂ ਡੀਕੋਡ ਕਰੋ ਇਹਨੂੰ ਖੋਲ੍ਹੋ ਦੋਨਾਂ ਗੱਲਾਂ ਨੂੰ ਇੱਥੋਂ ਇਸ ਕੰਵਰ ਸੰਧੂ ਦਾ ਅਤੇ ਉਸ ਦੇ ਇੱਕ ਜਿਹੜਾ ਵਰਗ ਹੈ ਪੂਰਾ ਉਹਦਾ ਨਜ਼ਰੀਆ ਕਿੰਨਾ ਨੁਕਸਦਾਰ ਹੈ ਇੱਥੇ ਮੈਂ ਤੁਹਾਨੂੰ ਟੁੱਕਣਾ ਚਾਹੂੰਗਾ ਜੀ ਇਹ ਕਾਫੀ ਇਹ ਵੱਡਾ ਵਿਸ਼ਾ ਹਾਂ ਅਤੇ ਮੈਨੂੰ ਲੱਗਦਾ ਕਿ ਅਸੀਂ ਇੱਕ ਪ੍ਰੋਗਰਾਮ 'ਚ ਸ਼ਾਇਦ ਇਹਨੂੰ ਅਜਮੇਰ ਸਿੰਘ ਜਸਪਾਲ ਸਿੰਘ ਜੀ ਤੁਹਾਡੇ ਵੱਲੋਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਮਸਲੇ ਪ੍ਰੋਗਰਾਮ 'ਚ ਸੰਗਤ TV ਅਤੇ sikhsiyasat.com ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਾਰ ਅਸੀਂ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਨਵੇਂ ਮੁੱਦੇ ਨੂੰ ਲੈ ਕੇ ਅੱਜ ਅਸੀਂ ਉਸ ਸੰਵੇਦਨਸ਼ੀਲ ਮੁੱਦੇ ਬਾਰੇ ਗੱਲ ਕਰਾਂਗੇ ਜਿਸ ਨੇ ਸਿੱਖ ਕੌਮ ਨੂੰ ਨਹੀਂ ਸਗੋਂ ਸਾਰੀ ਦੁਨੀਆ ਨੂੰ ਇੱਕ ਵਾਰ ਹਿਲਾ ਕੇ ਰੱਖ ਦਿੱਤਾ ਅਸੀਂ ਅੱਜ ਗੱਲ ਕਰਾਂਗੇ ਭਾਰਤੀ ਫੌਜ ਦੇ ਦਰਬਾਰ ਸਾਹਿਬ 'ਤੇ ਹਮਲੇ ਸੰਬੰਧੀ ਹਾਲ ਹੀ ਵਿੱਚ ਇਸ ਘਟਨਾ ਪ੍ਰਤੀ ਕੰਵਰ ਸੰਧੂ ਦੁਆਰਾ ਡੇਅ ਨਾਈਟ ਨਿਊਜ਼ ਚੈਨਲ ਵੱਲੋਂ ਇੱਕ ਬਹੁਤ ਹੀ ਵਿਸਥਾਰਕ ਡਾਕੂਮੈਂਟਰੀ ਜਿਹੜੀ ਕਿ 9 ਹਿੱਸਿਆਂ ਵਿੱਚ ਪੇਸ਼ ਕੀਤੀ ਗਈ ਹੈ ਇਸ ਡਾਕੂਮੈਂਟਰੀ ਨੇ
ਜਿਸਦਾ ਕਿ ਨਾਮ ਹੈ ਓਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ। ਇਸ ਡਾਕੂਮੈਂਟਰੀ ਨੇ ਇੱਕ ਇਸ ਚਰਚਾ ਨੂੰ ਦੁਬਾਰਾ ਤੋਂ ਲੋਕਾਂ ਦੇ ਸਾਹਮਣੇ ਲੈ ਆਉਂਦਾ ਅਤੇ ਇਸਦਾ ਮਿਲਿਆ ਜੁਲਿਆ ਪ੍ਰਤੀਕਰਮ ਦੇਖਣ 'ਚ ਆਇਆ। ਕੁਛ ਲੋਕਾਂ ਵੱਲੋਂ ਇਸਦਾ ਤਿੱਖਾ ਵਿਰੋਧ ਜਾਂ ਪ੍ਰਤੀਕਰਮ ਦਿੱਤਾ ਗਿਆ ਅਤੇ ਕਾਫੀ ਹਿੱਸਿਆਂ ਵੱਲੋਂ ਇੰਨੀ ਵਿਸਥਾਰਕ ਡਾਕੂਮੈਂਟਰੀ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ। ਅੱਜ ਅਸੀਂ ਇਸ ਡਾਕੂਮੈਂਟਰੀ ਬਾਰੇ ਅਤੇ ਉਸ ਫੌਜੀ ਹਮਲੇ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਕਰਾਂਗੇ ਅਤੇ ਆਪਣੇ ਗੈਸਟ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਸਨ। ਸਾਡੇ ਨਾਲ ਨੇ ਅੱਜ ਜਸਪਾਲ ਸਿੰਘ ਸਿੱਧੂ ਜੀ, ਜੋ ਕਿ ਸਾਬਕਾ ਪੱਤਰਕਾਰ ਰਹੇ ਨੇ UNI ਤੋਂ, ਸਰਦਾਰ ਅਜਮੇਰ ਸਿੰਘ ਜੀ, ਸਿੱਖ ਚਿੰਤਨ ਨੇ, ਸਿੱਖ ਵਿਦਵਾਨ ਨੇ, ਇਹਨਾਂ ਦੀਆਂ ਕਾਫੀ ਪੁਸਤਕਾਂ ਵੀ ਸਾਡੇ ਸਾਹਮਣੇ ਆ ਚੁੱਕੀਆਂ ਨੇ। ਤੁਹਾਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਾਲ ਸਿੰਘ ਸਿੱਧੂ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਕੰਵਰ ਸੰਧੂ ਦੁਆਰਾ ਜੋ ਇੱਕ ਵਿਸਥਾਰਕ ਪ੍ਰੋਗਰਾਮ ਹੈ, ਇਸ 'ਤੇ ਤੁਹਾਡਾ ਮੁੱਢਲਾ ਪ੍ਰਤੀਕਰਮ ਕੀ ਹੈ? ਮੈਂ ਇਹ ਸਮਝਦਾ ਵੀ ਜਿਹੜੇ ਆ 9 ਇਹਨੇ ਐਪੀਸੋਡ ਤਿਆਰ ਕੀਤੇ ਆ ਇਸ ਸਾਰੇ ਆਰਮੀ ਹਮਲੇ ਦੇ ਬਾਰੇ, ਫੌਜੀ ਹਮਲੇ ਦੇ ਬਾਰੇ, ਦਰਬਾਰ ਸਾਹਿਬ 'ਤੇ, ਇਹਨਾਂ ਵਿੱਚ ਕਾਫੀ ਅਸੀਂ ਦਸਤਾਵੇਜ਼ੀ ਕਹਿ ਦਈਏ ਤਾਂ ਠੀਕ ਹੀ ਹੈ, ਕਿਉਂਕਿ ਉਸ ਤਰੀਕੇ ਦੀ ਦਸਤਾਵੇਜ਼ੀ ਬੇਸ਼ੱਕ ਨਾ ਵੀ ਹੋਵੇ, ਕੋਸ਼ਿਸ਼ ਕੀਤੀ ਗਈ ਹੈ ਵੀ ਵੱਧ ਤੋਂ ਵੱਧ ਚੀਜ਼ਾਂ ਨੂੰ ਦਸਤਾਵੇਜ਼ੀ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਸਰਕਾਰੀ ਦਸਤਾਵੇਜ਼ਾਂ ਨੂੰ ਆਧਾਰ ਸਾਡੇ ਲਈ। ਉੱਥੇ ਵੀ ਸਾਡੀਆਂ ਲਿਮੀਟੇਸ਼ਨ ਇਹ ਹੁੰਦੀਆਂ ਸੀ ਵੀ ਕਈ ਗੱਲ ਅਸੀਂ ਦੇਖਦੇ ਸੀ ਉਹ ਦੇਖ ਕੇ ਉਹਨੂੰ ਰਿਪੋਰਟ ਨਹੀਂ ਸੀ ਕਰ ਸਕਦੇ, ਕਿਉਂਕਿ ਇਹ ਮੀਡੀਆ ਦਾ ਇੱਕ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਜਿਸ ਤਰ੍ਹਾਂ ਕਵਰ ਸੰਧੂ ਨੇ ਆਪ ਵੀ ਮੰਨਿਆ ਨੈਸ਼ਨਲਿਸਟਿਕ ਪਰਸਪੈਕਟਿਵ ਦੇ ਵਿੱਚ ਗੱਲ ਕਰਦਾ, ਠੀਕ, ਉਹ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਪਾਸੇ ਗੱਲ ਨਹੀਂ ਕਰਦਾ। ਨੈਸ਼ਨਲਿਸਟ ਪਰਸਪੈਕਟਿਵ ਵਿੱਚ ਉਹ ਨੇਸ਼ਨ ਸਟੇਟ ਨੂੰ ਇੱਕ ਮੰਨ ਕੇ ਹੀ ਚੱਲਦਾ, ਉਸ ਤੋਂ ਬਾਹਰ ਹੋ ਕੇ ਗੱਲ ਨਹੀਂ ਕਰਦਾ। ਇਸ ਕਰਕੇ ਇਹ ਕੰਵਰ ਸੰਧੂ ਨੇ ਜਿਹੜਾ ਕੁਛ ਕੀਤਾ ਇਹ ਉਸੇ ਦਾਇਰੇ ਵਿੱਚ ਰਹਿ ਕੇ ਕੀਤਾ, ਉਸੇ ਗੱਲ ਇੱਥੇ ਕੀਤਾ। ਲੇਕਿਨ ਕੁਛ ਇੰਡੀਆ ਦੇ ਮੇਨ ਚੈਨਲ ਵੱਲੋਂ ਜਾਂ ਮੇਨ ਸਟ੍ਰੀਮ ਮੀਡੀਆ ਵੱਲੋਂ ਇਸ ਦਾ ਕੁਛ ਵਿਰੋਧ 'ਚ ਆਵਾਜ਼ ਵੀ ਆਈ ਹੈ, ਇਹਦਾ ਤੁਹਾਨੂੰ ਕੀ ਕਾਰਨ ਲੱਗਦਾ? ਇਹਦਾ ਦੋ ਤਿੰਨ ਕਾਰਨ ਹੁੰਦੇ ਆ। ਇੱਕ ਕਾਰਨ ਤਾਂ ਇਹ ਹੈ ਵੀ ਇੱਕ ਪ੍ਰੋਫੈਸ਼ਨਲ ਜੈਲਸੀ, ਉਸ ਕਿਸਮ ਦੀ ਪ੍ਰੋਫੈਸ਼ਨਲ ਵਿਰੋਧਤਾ ਹੁੰਦੀ ਹੈ। ਇਸ ਦੀ ਪ੍ਰੋਫੈਸ਼ਨਲ ਵਿਰੋਧਤਾ ਤਾਂ ਕਈ ਚੈਨਲਾਂ ਵੱਲੋਂ ਹੋਈ ਹੈ ਅਤੇ ਜਿਸ ਤਰੀਕੇ ਨਾਲ ਅਰਨਬ ਗੋਸਵਾਮੀ ਨੇ ਵੀ ਇਸ ਉੱਤੇ ਖਾਸ ਪ੍ਰੋਗਰਾਮ ਕੀਤਾ, ਪਰ ਉਹ ਡਿਫਰੈਂਟ ਨਜ਼ਰੀਏ ਤੋਂ ਕੀਤਾ ਸਾਰਾ ਕੁਛ, ਠੀਕ। ਪਰ ਜਿੱਥੋਂ ਤੱਕ ਪਰ ਇਹ ਸਵਾਲ ਮੈਂ ਕਹੂੰਗਾ ਕਿ ਨਾ ਜਿਹੜਾ ਇਸ ਨੇ ਪੇਸ਼ ਕੀਤਾ ਸਾਰਾ, ਉਹ ਸਾਡਾ ਜਿਹੜਾ ਪਕਾਰੀ ਦਸਤਾਵੇਜ਼ਾਂ ਨੂੰ ਉਤਕਾ, ਦਸਤਾਵੇਜ਼ਾਂ ਵਿੱਚ ਦੋਨੋਂ ਸਾਈਡਾਂ ਆ ਗਈਆਂ, ਵਿੱਚ ਕੋਈ ਗੱਲ ਨਹੀਂ ਹੈ। ਪਰ ਸਵਾਲ ਇਹ ਹੈ ਵੀ ਇਹਨੇ, ਮੈਂ ਇਹ ਕਹੂੰਗਾ ਵੀ ਪਹਿਲੀ ਵਾਰੀ ਇੱਕ ਕੰਸਲਟਡ ਇਸ ਕਿਸਮ ਦੀ ਐਫਰਟਸ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਬੜੇ ਸਾਰੇ ਮੁੱਢ ਤੋਂ ਲੈ ਕੇ ਅਖੀਰ ਤੱਕ ਸਾਰੀ ਘਟਨਾ ਨੂੰ ਸਾਰੇ ਨੂੰ ਵਿਸਥਾਰ ਨਾਲ ਦੱਸਿਆ। ਇਦੋਂ ਪਹਿਲਾਂ ਛੋਟੇ ਛੋਟੇ ਟੁਕੜਿਆਂ ਵਿੱਚ ਤੱਕ ਲੋਕਾਂ ਨੇ ਗੱਲ ਕੀਤੀ ਹੈ, ਪਰ ਜਰਨਲਿਸਟਿਕ ਲੈਵਲ ਦੀ ਇਹ ਐਫਰਟਸ ਆਪਣੇ ਆਪ ਵਿੱਚ ਪਹਿਲੀ ਪਹਿਲੀ ਪਰ ਇਹਦੇ ਵਿੱਚ ਕਈ ਤਰੁੱਟੀਆਂ ਵੀ ਹੈ, ਉਹ ਅੱਗੇ ਆਪਾਂ ਡਿਸਕਸ ਕਰਦੇ ਹਾਂ। ਠੀਕ, ਸਰਦਾਰ ਅਜਮੇਰ ਸਿੰਘ ਜੀ, ਮੁੱਢਲਾ ਪ੍ਰਤੀਕਰਮ ਤੁਹਾਡਾ ਇਸ ਪ੍ਰੋਗਰਾਮ ਬਾਰੇ ਕੀ ਹੈ? ਜਿਸ ਤਰ੍ਹਾਂ ਜਸਪਾਲ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਉਸਨੇ ਸਾਰੇ ਮਸਲੇ ਨੂੰ ਇੱਕ ਕੰਪਰੀਹੈਂਸਿਵਲੀ ਡੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਪਹਿਲੀ ਵਾਰ ਹੋਇਆ, ਖਾਸ ਕਰਕੇ ਮੇਨ ਸਟ੍ਰੀਮ ਮੀਡੀਆ ਵੱਲੋਂ। ਠੀਕ, ਅਤੇ ਇਸ ਤਰ੍ਹਾਂ ਦੇ ਯਤਨ ਨੂੰ ਜੀ ਐਂ ਕਹਿਣਾ, ਸਵਾਗਤ ਕਰਨਾ ਬਣਦਾ, ਪਰ ਨਾਲ ਦੀ ਨਾਲ ਇਹ ਵੀ ਦੇਖਣਾ ਚਾਹੀਦਾ ਕਿ ਉਹਦੇ ਵਿੱਚ ਕਿਸ ਕਿਸਮ ਦੀਆਂ ਊਨਤਾਈਆਂ ਰਹਿ ਗਈਆਂ, ਕਿਉਂਕਿ ਮਸਲਾ ਜਿੱਡਾ ਮਹੱਤਵਪੂਰਨ ਹੈ ਉਨਾ ਹੀ ਗੁੰਝਲਦਾਰ ਹੈ। ਠੀਕ, ਇਹਨੂੰ ਕਿਸੇ ਵੀ, ਇਹ ਕੰਵਰ ਸੰਧੂ ਨੇ ਵੀ ਮੰਨਿਆ ਆਪਣੇ ਐਪੀਸੋਡ 'ਚ ਵੀ, ਠੀਕ, ਕਿ ਇਹਨੂੰ ਸਾਡੀਆਂ ਲਿਮੀਟੇਸ਼ਨ ਨੂੰ ਧਿਆਨ 'ਚ ਰੱਖਿਆ ਜਾਵੇ, ਇਹਨੂੰ ਫਾਈਨਲ ਦਸਤਾਵੇਜ਼ ਨਾ ਕਿਹਾ ਜਾਵੇ। ਸੋ ਇਹ ਮੇਰੇ ਮੁਤਾਬਕ ਤਾਂ ਇੱਕ ਡਿਬੇਟ ਲਈ ਰਾਹ ਖੋਲਦਾ, ਠੀਕ, ਫਾਈਨਲ ਨਹੀਂ। ਜਸਪਾਲ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਪਿਛਲੇ 29 ਸਾਲਾਂ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਵੱਲੋਂ ਪਹਿਲਾ ਮਹੱਤਵਪੂਰਨ ਅਤੇ ਵੱਡਾ ਇੱਕ ਅਟੈਂਪਟ ਹੈ, ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਲੰਮਾ ਸਮਾਂ ਜਰਨਲਿਜ਼ਮ ਦੇ ਵਿੱਚ ਰਹੇ ਹੋ, ਵੱਡੀਆਂ ਨਿਊਜ਼ ਏਜੰਸੀ 'ਚ ਰਹੇ ਹੋ ਭਾਰਤ ਦੀਆਂ 'ਚ, ਤੁਹਾਨੂੰ ਕੀ ਲੱਗਦਾ ਕਿ ਹੋਰ ਭਾਰਤ ਦਾ ਜੋ ਆਮ ਮੀਡੀਆ ਅਤੇ ਜਾਂ ਜੋ ਕੰਵਰ ਸੰਧੂ ਦੀ ਇਹ ਪੇਸ਼ਕਾਰੀ ਹੈ, ਇਸ ਦੇ ਵਿੱਚ ਕੀ ਅੰਤਰ ਸੀਗਾ, ਕੀ ਇਹ ਸਮਾਨ ਸੀ? ਦੇਖੋ ਜੀ, ਇਸ ਜਿਹੜਾ ਮੇਨ ਸਟ੍ਰੀਮ ਮੀਡੀਆ ਇਹਦੀ ਲਿਮੀਟੇਸ਼ਨ ਹੈ, ਹਾਂਜੀ, ਉਸ ਲਿਮੀਟੇਸ਼ਨ ਹੱਦਬੰਦੀ ਦੇ ਅੰਦਰ ਅੰਦਰ ਜਿੰਨਾ ਇਹ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦਾ ਸੀ, ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਹਨੇ ਚੰਗੀ ਐਫਰਟਸ ਕੀਤੀ ਹੈ, ਪਰ ਇਹਦੇ ਪੇਸ਼ ਕਰਨ ਦੇ ਵਿੱਚ ਕਈ ਤਰੁੱਟੀਆਂ ਵੀ ਰਹਿ ਗਈਆਂ, ਉਹ ਵੱਖਰੀ ਗੱਲ ਹੈ ਵੀ ਉਸ ਲਿਮੀਟੇਸ਼ਨ ਦੇ ਵਿੱਚ ਸਾਰਾ ਕੁਛ ਹੋਏਗਾ। ਉਹ ਲਿਮੀਟੇਸ਼ਨ ਹੈ ਜਿਹੜਾ ਖਾਸ ਕਿਸਮ ਦੇ ਜਾਂ
ਉਹ ਜਰਨਲਿਜ਼ਮ ਦੀਆਂ ਹੁੰਦੀਆਂ ਹੀ ਆ, ਜਿਵੇਂ ਮੈਂ ਵੀ ਉਹਨਾਂ ਦਿਨਾਂ ਵਿੱਚ ਉੱਥੇ ਦਰਬਾਰ ਸਾਹਿਬ ਵਿੱਚ ਅਤੇ ਉਹਨਾਂ ਦਿਨਾਂ 'ਚ ਰਿਪੋਰਟਿੰਗ ਕਰਦੇ ਰਹੇ ਹਾਂ ਯੂ ਐੱਨ